ਕੇ ਲੈ ਕੇ ਆਏ ਹੈ, ਥੋੜੇ ਬੱਚੇ ਕਿੰਨੇ ਵੱਡੀ ਟੀਮ ਲਾ ਕੇ ਲੈ ਕੇ ਆਏ ਹੈ। ਗਾਲ ਕਰਨਾ ਕਪਿਲ ਸਿੱਧੂ ਯੂ ਐਕਸ਼ਨ ਵਿੱਚ ਬੈਠਾ ਤੇ ਗੱਲਾਂ ਕਹਿੰਦੇ ਲਵ ਕੱਪੜੇ ਹੋਣ ਵਾਲੀਆਂ ਹੁੰਦੀਆਂ ਤੇ ਹੈਰੀ ਵੀ ਕਹਿੰਦੇ ਕਨੇਡਾ ਦੇ ਵਿੱਚ ਜਾ ਵਸਿਆ ਤੇ ਗੱਲਾਂ ਕਹਿੰਦੇ ਗੱਗੂ ਵਰਗੇ ਭਰਾਵਾਂ ਦੀਆਂ ਹੁੰਦੀਆਂ। ਵਿਸ਼ੇਸ਼ ਤੌਰ ਤੇ ਧਾਮਪੁਰਾ ਪਿੰਡ ਵਰਗੇ ਵੀਰ ਹੈ, ਸਾਰੇ ਵੀਰਾਂ ਦਾ ਧਾਮਪੁਰ ਹੈ ਤੇ ਜਿੰਮੀ ਵੀ ਕਹਿੰਦੇ ਕਨੇਡਾ ਦੇ ਵਿੱਚ ਬੈਠਾ ਹੈ। ਜਿਹਨੇ ਲਈ ਅੱਜ ਮੇਲੇ ਵਾਸਤੇ ਕੰਡੇ ਦਾ ਕਹਿੰਦੇ ਕੋਈ ਕਣਕ ਦੇ ਵੱਡਾ ਧਾਵਾ ਹੈ, ਔਰ ਸਾਰੀ ਪਿੰਡ ਕਮੇਟੀ ਦਾ ਕਹਿੰਦੇ ਕਰ ਦਿਆਂਗੇ। ਸ਼ਰਾਬ ਮਿਲ ਗਿਆ ਇੱਕ ਪਾਸੇ ਮੁੰਡੇ ਕਹਿੰਦੇ ਨੂਰਪੁਰ ਜਿੱਥੇ ਵਾਲੇ ਖੇਡਦੇ ਆ ਜਿਹਦੇ ਵਿੱਚ ਕਹਿੰਦੇ ਕਪੂਰ ਵਾਲਿਆਂ ਕਹਿੰਦੇ ਨਾਲ ਖੇਡਣ ਨਜ਼ਰ ਆ ਰਹੇ ਆ ਤੇ ਨਾਲ ਮੇਰੇ ਵੀਰੋ ਚਰਚੇ ਕਿਹੜੇ ਕਹਿੰਦੇ ਹੋਣਗੇ ਇੱਥੇ ਰੱਖਦੇ ਆ ਮੇਰੇ ਵੀਰੋ ਤੇ ਦੂਸਰੇ ਪਾਸੇ ਟੀਮ ਜਿਹੜੀ ਕਹਿੰਦੇ ਫਵਾਹ ਚ ਚੱਲ ਕੇ ਆਈ ਹੈ ਵੀ ਬਠਿੰਡੇ ਵਾਲਾ ਚਲੋ ਤੇ ਫਵਾਹ ਹੀ ਜਾਜ ਦਾ ਸ਼ੁਰੂ ਦਾ ਚਰਚੇ ਹੈ। ਤਾਰਾ ਸਿੱਧੀਆਂ ਜੋੜੀ ਬੈਠਾ ਹੈ ਤੇ ਭਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹਾਂ ਕਿ ਯੂਕੇ ਵਾਲੇ ਭਰਾ ਕਿਹੜੇ ਜੋੜੇ ਬੈਠੇ ਆ। ਕਰ ਦੋ ਸ਼ੇਅਰ ਕਰ ਦੋ ਵੀਰੇ ਕਾਕਰ ਸੂਰਪੁਰ ਨਾ ਕਪੂਰਥਲਾ ਬਿੰਦੀ ਖੋਖੇ ਵਾਲ ਤੇ ਬਿਜਲੀ ਬਠਿੰਡਾ ਭਾਜੀ ਪਹਿਲਾ ਓਵਰ ਕੌਣ ਕਰਾਊਗਾ ਭਾਜੀ ਪਹਿਲਾ ਓਵਰ ਕੌਣ ਕਰਾ ਰਿਹਾ ਗੋਪਾ ਕਰ ਦੋ ਸ਼ੇਅਰ ਕਰ ਦੋ ਵੀਰੇ ਰੋਹਿਤ
ਰੋਹਿਤ ਬੱਬੇ ਨੂੰ ਵੀ ਲਾਗੇ ਧੰਨਵਾਦ ਦਾ ਕਹਿੰਦੇ ਕਰ ਦਿਆਂਗੇ ਸਾਰੇ ਭਰਾਵਾਂ ਦਾ ਨਾਲ ਪ੍ਰਿਤਪਾਲ ਚਹਿਲ ਭਰਾ ਸਾਡਾ ਵੱਡੇ ਪੱਧਰ ਤੇ ਧੰਨਵਾਦ ਸਾਡੇ ਵੀਰ ਦਾ ਵੀਜੇ ਆਸਟ੍ਰੇਲੀਆ ਵਾਲਾ ਭਰਾ ਸਾਡਾ ਜਿਹਨੇ ਨੇ ਵੀ ਲੱਖਾਂ ਰੁਪਏ ਇਸੇ ਖੇਡ ਵਿੱਚ ਜਦੋਂ ਲਾਇਆ ਔਰ ਵੱਡੇ ਪੱਧਰ ਤੇ ਕਹਿੰਦੇ ਧੰਨਵਾਦ ਸਾਡੇ ਭਰਾਵਾਂ ਕਹਿੰਦੇ ਕਰ ਦਿਆਂਗੇ ਵੀਰ ਜੀ ਧੰਨਵਾਦ ਕਰਦੇ ਆ ਵੀ ਮਿੱਤਰਾਂ ਦੀ ਮਿੱਤਰਾਂ ਤੇ ਫਰਕ ਪਈ ਜਰਾ ਸੁਣ ਕੇ ਜਾਈ ਸਰਦਾਰਾ ਮਿੱਤਰਾਂ ਦੀ ਮਿੱਤਰਾਂ ਤੇ ਫਰਕ ਪਈ ਜਰਾ ਸੁਣ ਕੇ ਜਾਈ ਸਰਦਾਰਾ ਉਧਰ ਵੀਡੀਓ ਆਸਟ੍ਰੇਲੀਆ ਦਾ ਭਰਾ ਉਹਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨਾਲ ਭਾਰਤ ਕੈਨੇਡਾ ਹੈ ਸੋਨੂੰ ਜੱਸੀ ਦੇ ਨਾਲ ਮਨੀਸ਼ ਜੱਸੀ ਅਨੰਦ ਲਾਲ ਜੱਸੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦੀਪ ਜੱਸੀ ਹਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਦੀਪ ਜੱਸੀ ਦੇ ਨਾਲ ਅਨੰਦ ਬਾਈ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਨਾਲ ਵਿਜੇ ਆਸਟ੍ਰੇਲੀਆ ਸਾਰੇ ਭਰਾਵਾਂ ਦਾ ਧੰਨਵਾਦ ਹੈ ਸਾਰੇ ਭਰਾਵਾਂ ਦਾ ਧੰਨਵਾਦ ਇੱਕ ਵਾਰੀ ਲਿਸਟ ਜ਼ਰੂਰ ਦੇ ਦਿਓ ਭਰਾ ਕੇ ਕਿਸੇ ਦਾ ਨਾਮ ਆ ਰਿਹਾ ਜੀ ਲੈ ਕੇ ਵੀ ਕਿਸੇ ਦਾ ਨਾਮ ਆ ਰਿਹਾ ਚਾਹੇ ਵਟਸਐਪ ਕਰ ਦਿਓ ਮੇਰੀ ਮੰਗੂ ਬਾਈ ਚਾਹੇ ਵਟਸਐਪ ਕਰ ਦਿਓ ਲੈ ਕੇ ਚਰਚੇ ਵੱਡੇ ਨਾਲ ਸਾਹਮਣੇ ਪਹਿਲੇ ਵਾਲੀ ਪਹਿਲੀ ਬਾਲ ਮੇਰੇ ਵੀਰੋ ਹੁਣ ਕਿਹੜੇ ਪਾਉਣ ਲਈ ਤਿਆਰ ਹੋ ਤਿਆਰ ਹੈ ਇਹ ਆ ਕਿਹੜੇ ਮੁੰਡਾ ਫਰਾਏ ਵਾਲਾ ਗੋਪਾ ਪਰ ਆਕਾਸ਼ ਯੂਨੀ ਵਾਲਾ ਭਰਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਫਰਾਏ ਵਾਲਾ ਤੇ ਨਾਲ ਗੁਰੂ ਸੇਵਾ ਦਾ ਧਵਈਆ ਉਹਦਾ ਵੀ ਧੰਨਵਾਦ ਹੈ ਸ਼ਿਵਚਾਲ ਕਹਿੰਦੇ ਜਿਹੜੇ ਭਰਾ ਵੱਲੋਂ ਕਹਿੰਦੇ ਫੱਟੇ ਵਾਲ ਫੁੱਲਾਂ ਤੋਂ ਖੁਸ਼ ਹੋ ਕੇ ਆਏ ਹੈ ਤੇ ਨਾਲ ਪਿੰਡ ਦੀ ਕਹਿੰਦੇ ਹਰ ਸਾਲ ਦੀ ਤਰ੍ਹਾਂ ਫੱਟੀ ਸੇਵਾ ਕਹਿੰਦੇ ਭਰਾ ਨੇ ਕੀਤੀ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਬਾਲ ਪਰ ਲਈ ਕਹਿੰਦੇ ਫੇਰ ਮੁੰਡਾ ਧਿਆਨ ਵਰ ਧਿਆਨ ਸੈਫਾ ਵਧੀ ਆ ਜਾ ਫਿਰ ਲਓ ਸਾਹਮਣੇ ਬਾਲ ਕਰ ਲਈ ਫੇਰ ਵੇਖ ਰਹੇ ਮੁੰਡਾ ਤਿਆਰ ਵਰ ਤਿਆਰ ਹੈ ਆ ਆਇਆ ਯਾਰ ਵਾਲਾ ਯਾਰ ਕਹਿੰਦੇ ਲੱਖਾਂ ਪ੍ਰਾਗ ਪੁਰ ਗਿਆ ਜਿਹਦੇ ਅਜੇ ਘਰ ਦਾ ਵੇਲਾ ਖੇਡੇ ਜਾ ਰਹੇ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੱਖੇ ਪ੍ਰਾਗ ਪੁਰ ਦਾ ਹੈ ਸੱਚਾ ਸੀ ਧੰਨਵਾਦ ਕਰਦੇ ਹੈ ਲੈ ਕੇ ਚਰਚੇ ਵੱਡੇ ਵਾਈਟ ਬਾਲ ਦੇ ਇਸ਼ਾਰੇ ਅੱਗੇ ਮੈਦਾਨ ਅੰਦਰ ਕਪੂਰਥਲੇ ਵਾਲੇ ਆਏ ਗੈਂਦੀਆਂ ਦੇ ਛੱਕੇ ਮਾਰਨੇ ਪੈਣੇ ਤੇ ਫੇਰ ਕਰਨ ਲੱਗੇ ਟਿਕਾਰੇ ਭਾਰਤ ਭਰਾ ਦਾ ਵੀ ਧੰਨਵਾਦ ਹੈ ਔਰ ਨਾਲ ਪ੍ਰਿਤਪਾਲ ਵੀਰ ਹੈ ਸਾਡਾ ਤੇ ਮੇਰੇ ਵੀਰੋ ਚਰਚੇ ਵੀ ਇਹ ਭਰਾ ਦੇ ਹੁੰਦੇ ਆ ਬੈਠਾ ਵਿੱਚ ਵਿਦੇਸ਼ਾਂ ਦੇ ਵੱਡੇ ਪੱਧਰ ਤੇ ਕਹਿੰਦੇ ਭਰਾਵਾ ਜਿਹੜਾ ਕਹਿੰਦੇ ਧੰਨਵਾਦ ਮੇਰੇ ਨਾਲ ਕਰ ਜਾਣਗੇ ਔਰ ਯਾਰਾਂ ਦਾ ਯਾਰ ਹੈ ਵੱਡੀ ਸਪੋਰਟ ਸਿੱਖੇ ਮੇਰੇ ਨੂੰ ਕਮਾਉਣ ਵਾਸਤੇ ਜਿਹੜੀ ਕਹਿੰਦੇ ਦਿੱਤੀ ਹੋਈ ਹੈ ਗੁਰੂ ਦਾ ਵੀ ਕਹਿੰਦੇ ਧੰਨਵਾਦ ਜਿਹੜਾ ਭਰਾ ਪਾਣੀ ਦੀ ਸੇਵਾ ਕਰ ਰਿਹਾ ਤੇ ਨਾਲ ਹੀ ਟੈਂਕਰ ਸੌਣ ਵਾਲੇ ਭਰਾ ਦਾ ਕੁਝ ਕੁ ਮਹੀਨਿਆਂ ਤੋਂ ਰੈਸਟ ਤੇ ਹੈ ਪਰ ਅੱਜ ਕਹਿੰਦੇ ਦੇਖ ਲੈ ਭਰਾ ਕਹਿੰਦੇ ਯਾਰੀ ਪਕਾਉਣ ਲਈ ਪੁੱਜਿਆ ਵੱਡਾ ਧੰਨਵਾਦ ਕਰਦੇ ਹੈ ਬਾਕੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਕੇ ਜੋ ਲਓ ਸਾਹਮਣੇ ਦੇਖਾਂਗੇ ਖੇਡ ਮੈਦਾਨ ਅੰਦਰ ਕਪੂਰਥਲੀਆ ਜਾਣਾਗਾ ਹਾਂ ਕਰਦਾ ਟਰਾਈ ਪਰ ਬਾਹਰ ਹੋ ਗਏ ਕਹਿੰਦੇ ਫੇਰ ਗੁੱਪਾ ਕਹਿੰਦੇ ਫਲਾਂ ਦੇ ਵੀ ਧਰਤੀ ਦਾ ਇਸ ਸਮੇਂ ਕਹਿੰਦੇ ਤਿਆਰ ਵਾ ਤਿਆਰ ਹੈ ਵੱਡੀਆਂ ਟੀਮਾਂ ਦਾ ਵੱਡਾ ਮੈਚ ਜਿਹੜਾ ਕਹਿੰਦੇ ਵੱਡੇ ਮੇਲੇ ਤੇ ਖੇਡਿਆ ਜਾ ਰਿਹਾ ਹੈ ਉਹਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ
ਲੱਖਾਂ ਭਰਾਗ ਭਰੀਆ ਭਰਾ ਸਾਡਾ ਵੱਡੀ ਸਾਡੀ ਲੜਾਈਆਂ ਵਿਸ਼ੇਸ਼ ਤੌਰ ਤੇ ਧਾਰਨਾ ਕਰ ਰਿਹਾ ਹੈ ਜਿਹਦੇ ਭਰਾ ਦੇ ਕਰਕੇ ਅੱਜ ਸਾਰੇ ਬੁਲਾਰੇ ਇੱਥੇ ਕਹਿੰਦੇ ਫੋਟੋ ਦੀ ਸਾਂਝ ਪਾ ਰਹੇ ਹੈ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਹਦੇ ਇਹਨਾਂ ਦੇ ਵੀਰ ਜਿਹਦੇ ਆਸਟ੍ਰੇਲੀਆ ਦਾ ਭਰਾ ਜਿਹਦੇ ਭਰਾ ਦੇ ਕਹਿੰਦੇ ਬਹੁਤ ਵੱਡੇ ਯੋਗਦਾਨ ਹੈ ਤੇ ਨਾਲ ਕਰੇ ਨਵੀਂ ਭਰਾ ਸਾਉਦੀ ਵਾਲਾ ਉਹ ਭਰਾ ਵੀ ਵਿਸ਼ੇਸ਼ ਤੌਰ ਤੇ ਧਾਰਨਾ ਕਰ ਰਿਹਾ ਹੈ ਲਓ ਜੱਸੀ ਆ ਗਿਆ ਨਵੀਂ ਸਾਬਾ ਬੰਦੀਆਂ ਦੇਖਾਂਗੇ ਦੋ ਨੰਬਰ ਵਾਧੇ ਜਿਹੜੇ ਜੋ ਬੰਦੇ ਕਹਿੰਦੇ ਖਿਲਾੜੀ ਨੇ ਖੇਡ ਮੈਦਾਨ ਅੰਦਰ ਮੈਂ ਤੇ ਚੋਟੀ ਦਾ ਉਦੋਂ ਨਖੇ ਭਰਾ ਦਾ ਧੰਨਵਾਦ ਹੈ ਆਸਟ੍ਰੇਲੀਆ ਭਰਾ ਸਾਡਾ ਤੇ ਨਾਲ ਨਵਦੀਪ ਚਾਲ ਆਸਟ੍ਰੇਲੀਆ ਵਾਲਾ ਵੀਰ ਤੇ ਨਾਲ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹੈ ਭਾਰਤ ਚਾਲ ਕਿਹੜੇ ਭਰਾ ਸਾਡਾ ਭੁੱਲਣ ਸਾਹਿਬ ਵਾਲਾ ਇਹਦਾ ਭਰਾ ਵਾਲਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਿਜਲੀ ਬਠਿੰਡਾ ਵਰਸਿਸ ਨਾ ਕਪੂਰਥਲਾ ਕਰ ਦੋ ਸ਼ੇਰ ਬਿਜਲੀ ਦੇ ਨਾਗ ਪਹਿਲੀ ਤੇ ਫੜਿਆ ਜਾਣਾ ਸੀ ਪਰ ਕੈਚ ਛੱਡਤਾ ਬੈਟਸਮੈਨ ਦੇ ਪੈਰ ਤੇ ਸੱਟ ਲੱਗੀ ਉਹਦਾ ਰਨਰ ਵੀ ਲੱਗਾ ਹੋਇਆ ਵਾ ਤਾਂ ਕਰਕੇ ਬੂਟ ਨਹੀਂ ਪਾਏ ਉਹਨੇ ਯਾਰਾਂ ਦਾ ਯਾਰ ਹੈ ਮੇਰੇ ਇਧਰਲੇ ਪਾਸੇ ਭਰਾ ਸਾਡਾ ਤੇ ਨਾਲ ਆਓ
ਲੱਖੇ ਦੇ ਨਾਲ ਯਾਰੀ ਫੱਟੇ ਚ ਗੱਡੀ ਕਿੱਲ ਲੱਗੀ ਹੈ ਯਾਰੀ ਫੱਟੇ ਚ ਗੱਡੀ ਕਿੱਲ
ਲੈ ਕੇ ਲੈ ਵੀ ਦੀਪਕ ਜਾਂ ਯੂਕੇ ਭਰਾ ਵੀ ਧਾਰਾ ਨਾਲ ਸ਼ਸ਼ੀ ਚਹਿਲ ਭਰਾ ਸਾਡਾ
ਘਾਤ ਚਹਿਲ ਹੈ ਤੇ ਨਾਲ ਪ੍ਰਿਤਪਲ ਚਹਿਲ ਤੇ ਨਾਲ ਵੰਸ਼ਵੀਰ ਦਾ ਕਿਨੇ ਧੰਨਵਾਦ ਤੇ ਨਾਲ ਵਿਜੇ ਆਹ ਵੀਰ ਹੈ ਸਾਡਾ ਬੈਠਾ ਵਿੱਚ ਸ਼ੇਰਜਾਦਾ ਬਈ ਸ਼ੇਰ ਤੌਕੇ ਧੰਨਵਾਦ ਜਿਹਨਾਂ ਭਰਾਵਾਂ ਨੇ ਟਿਕਟ ਦੀ ਫੱਟੀ ਸੇਵਾ ਲਾਈ ਹੈ ਤੇ ਫੱਟੇ ਮਾਰ ਫੁੱਲਾਂ ਤੋਂ ਖੁਸ਼ ਹੋ ਕੇ ਵੀ ਭੇਜੇ ਆ ਪਰ ਪੈਗੀ ਬਾਬ ਦੇ ਸਾਹਮਣੇ ਹਰ ਦੇਖਾਂਗੇ ਇੱਕ ਦੇ ਸਾਧੇ ਜਿਹੜੇ ਜੁੜ ਗਏ ਆ ਆਹ ਗੱਲਾਂ ਟਿਕਾਣੇ ਆ ਰਾਮਪੁਰ ਕੰਡੀ ਵਾਲਾ ਕਾਕਾ ਪੌਂਦਾ ਬੋਲਾ ਪਰ ਸਾਹਮਣੇ ਹਲਕੀ ਜੀ ਸੱਤ ਵੀ ਲੱਗੀ ਹੈ ਕਹਿੰਦੇ ਨੂਰਪੁਰ ਜੱਥੇ ਵਾਲੇ ਦੇ ਗੱਲਾਂ ਹੋਈਆਂ ਖਲੀ ਦੀ ਕਹਿੰਦੇ ਚਾਹ ਬਸਿਆ ਕੈਨੇਡਾ ਦੀ ਧਰਤੀ ਤੇ ਗੱਲਾਂ ਕਹਿੰਦੇ ਜਮੀਰੀਆਂ ਵੀ ਹੁੰਦੀਆਂ ਗੱਲਾਂ ਕਹਿੰਦੇ ਗੱਭੂ ਦੀਆਂ ਤੇ ਗੱਲਾਂ ਕਹਿੰਦੇ ਨੂਰਪੁਰ ਜੱਥੇ ਵਾਲੇ ਲੱਭ ਹੋਣ ਵਾਲੀਆਂ ਦੰਬੇ ਹੋਣ ਵਾਲੀਆਂ ਹੁੰਦੀਆਂ ਉਹਨਾਂ ਦੀ ਫੱਟੀ ਟੀਮ ਅੱਜ ਫੱਟੇ ਮੇਲੇ ਨੇ ਖੇਡਦੀ ਨਜ਼ਰ ਆ ਰਹੀ ਹੈ ਕਹਿੰਦੇ ਵੀ ਫੱਟੇ ਕਿਹੜੇ ਮੇਲੇ ਨੇ ਖੇਡਦੇ ਨੇ ਰਾਈ ਮੇਰੇ ਵੀਰੋ ਫਾਲ ਕਰ ਲਈ ਕਹਿੰਦੇ ਫੇਰ ਮੁੰਡਾ ਕਹਿੰਦੇ ਕਾਕਾ ਤਿਆਰ ਵਰ ਤਿਆਰ ਹੈ ਪਰ ਜੱਸੀ ਲੋਕਾਂ ਨੂੰ ਪਤਾ ਨਹੀਂ ਲੱਗਾ ਕਿ ਤੂੰ ਅਜੇ ਧਨੀ ਕਦੇ ਆਪਣੀ ਗਲਾਸੀ ਨੀ ਹੁੰਦੀ ਆ ਵਿਆਹ ਵਿੱਚ ਡੀਜੇ ਵਾਲੇ ਨਾਲ ਲੜ ਪਾਉਣਾ ਕੋਈ ਬਦਮਾਸ਼ੀ ਨੀ ਹੁੰਦੀ ਆ ਵਿਆਹ ਵਿੱਚ ਡੀਜੇ ਵਾਲੇ ਨਾਲ ਲੜ ਪਾਉਣਾ ਕੋਈ ਬਦਮਾਸ਼ੀ ਨੀ ਹੁੰਦੀ ਗੱਲਾਂ ਵਿੱਚ ਟਿਕਾਣੀ ਲੱਗਿਆ ਨਜ਼ਰ ਆ ਰਿਹਾ ਬੰਦਾ ਮੇਰੇ ਵੀਰੋ ਚਰਚੇ ਹੋ ਜਾਣੇ ਰਵੀ ਬੱਲਿਆ ਪ੍ਰਦੀਪ ਚਹਿਲ ਭਰਾ ਸਾਹਿਬ ਲਾਈਵ ਜਿਹੜਾ ਹੈ ਵੱਡੇ ਪੱਧਰ ਤੇ ਧੰਨਵਾਦ ਹੈ ਇਹਦੇ ਪਾਸੇ ਗੋਲੂ ਦਾ ਵੀ ਧੰਨਵਾਦ ਕਰ ਜਾਂਗੇ ਹਾਕੇ ਮੰਗੂ ਬਾਈ ਦਾ ਵੀ ਧੰਨਵਾਦ ਤੇ ਯਾਰ ਕਹਿੰਦੇ ਲੱਖਾ ਪ੍ਰਾਗਪੁਰੀ ਆ ਉਹ ਭਰਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਸਾਹਮਣੇ ਕਹਿੰਦੇ ਵੇਖਾਂਗੇ ਇਧਰਲੇ ਪਾਸੇ ਸਵਾਬ ਜਾਇਆ ਬੜੀ ਤੇਰੀ ਸੌਣ ਲੱਗੀ ਹੋਈ ਹੈ ਮੇਰੇ ਵੀਰੋ ਸ਼ੇਬਾ ਕੱਢੇ ਹੋਏ ਆ ਉਹ ਗੱਲਾਂ ਟਿਕਾਣੀ ਲੱਗੀਆਂ ਹੋਈਆਂ ਗੱਲ ਕਰਨੀ ਫੇਰ ਉਧਰ ਮਸਰ ਚਾਲ ਕੈਨੇਡਾ ਦੇ ਨਾਲ ਬਾਂਟੀ ਚਾਲ ਕੈਨੇਡਾ ਦੇ ਨਾਲ ਵਿਸ਼ੇਸ਼ ਕੁੱਕੀ ਚਾਲ ਕੈਨੇਡਾ ਇਹਨਾਂ ਭਰਾਵਾਂ ਵੱਲੋਂ 30,000 ਦੇ ਫੱਟੀ ਜੋਗਰਾਣਾ ਟੂਰਨਾਮੈਂਟ ਲਈ ਆਏ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੱਡਾ ਧੰਨਵਾਦ ਫਿਰ ਚੰਦਰ ਕੋਸਲ ਨਾਲ ਤੇ ਨਾਮ ਨਵਦੀਪ ਚਾਲ ਉਹਨਾਂ ਭਰਾਵਾਂ ਵੱਲੋਂ ਵੀ 11,000 ਦੇ ਫੱਟੇ ਜੋਗਰਾਣ ਆਹ ਮੇਲਾ ਕਰਾਉਣ ਲਈ ਆਏ ਹੈ ਵਿਜੇ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਯੋਗਦਾਨ ਕਹਿੰਦੇ ਆਹ ਮੇਲਾ ਕਰਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜਾ ਸਰਪੰਚ ਜੀ ਫਿਰ ਉੱਤੇ ਹਲੋ ਲਾ ਕੇ ਬਹੁਤ ਧੰਨਵਾਦ ਦੇ ਪਾਸੇ ਚਾਲ ਦੇ ਨਾਲ 72 ਤੇ ਚੰਦਨ ਕੋਸਲਾ ਭਰਾ ਸਾਹਿਬ ਲਾਈਵ ਚਾਰ ਓਵਰ ਦੇ 72 ਬਣ ਗਏ ਆਓ ਖੇਡ ਦੇ ਗਰਾਊਂਡ ਅੰਦਰ ਮੇਰੇ ਵੀਰੋ ਤੇ ਕਹਾਣੀ ਜਿਹੜੀ ਸਿਰੇ ਲੱਗੀ ਹੈ ਉਧਰ ਹੰਸਰਾ ਜੱਸੀ ਜੀ ਸਾਬਕਾ ਸਰਪੰਚ ਸਾਹਿਬ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਦੇ ਨਾਲ ਸੋਨੂੰ ਜੱਸੀ ਜੀ ਸੋਨੂੰ ਜੱਸੀ ਯੂਕੇ ਜੀ ਰਵੀ ਜੱਸੀ ਦੀਪਾ ਜੱਸੀ ਇਹਨਾਂ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਨਾਲ ਕਨੇਡੀ ਸ਼ ਜੱਸੀ ਇਸ ਟੀੜੀ ਦਾ ਭਰਾ ਸਾਡਾ ਹੈ ਸੋਨੂੰ ਜੱਸੀ ਬਹੁਤ ਵੱਡਾ ਯੋਗਦਾਨ ਇਹਨਾਂ ਭਰਾਵਾਂ ਦਾ ਵੀ ਕਹਿੰਦੇ ਆਸਟ੍ਰੇਲੀਆ ਦੇ ਭਰਾ ਦਾ ਵੀ ਤੇ ਨਾਲ ਕਹਿੰਦੇ ਦੇਖਾਂਗੇ ਸੋਨੂੰ ਜੱਸੀ ਇਹਨਾਂ ਭਰਾਵਾਂ ਦੇ ਬਹੁਤ ਵੱਡੇ ਯੋਗਦਾਨ ਲੈ ਵੀ ਮੰਗੂ ਬਾਈ ਬੱਦੀ ਬੋਲ ਭਰਾ ਵੀ ਸ਼ਿਵਚਾਲ ਦਾ ਵੀ ਧੰਨਵਾਦ ਹੈ ਬਾਕੀ ਸ਼ਿਵਚਾਲ ਨੇ ਤੇ ਅੱਜ ਚਿੱਤੀ ਕਰ ਦਿੱਤੇ ਕਹਿੰਦੇ ਵੀ ਜਿਹਨੇ ਅੱਧਾ ਤਰਨ ਸਾਹਿਬ ਵਿਆਹ ਤਾਂ ਦੇਤਾ ਹਲੇ ਵਿਆਹ ਨਾ ਕਹਿੰਦੇ ਵੀ ਉਹ ਪੁੱਛਣਾ ਕਿਤੇ ਆਪਣੇ ਦਾ ਕੰਮ ਬੱਚੇ ਨਾ ਰਹਿ ਹੋਵੇ ਛੱਤੇ ਜਿਹੜੇ ਹੋਣਗੇ ਵੱਡੇ ਜਿਹਨੇ ਅੱਧਾ ਤਰਨ ਸਾਹਿਬ ਵਿਆਹ ਤਾਂ ਤੇ ਉਤਾਰਿਆ ਹੋਣਾ ਤਾਂ ਹਲੇ ਵਿਆਹ ਨਾ ਸ਼ਿਵਚਾਲ ਹੈ ਕਿੱਥੇ ਵੀ ਦਿਖਾਈਏ ਹਾਂ ਵੀ ਸ਼ਿਵਚਾਲ ਬਾਈ ਆਈ ਇੱਕ ਵਾਰੀ ਗਰਾਊਂਡ ਵੱਲੋਂ ਫੇਰ ਪਤਾ ਲੱਗੇ ਵੀ ਜਿਹੜਾ ਭਰਾ ਵੱਡੀ ਸੇਵਾ ਕਰਨਾ ਹੈ ਸ਼ਿਵਚਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਟੇਜ ਵੀ ਅੱਜ ਇੱਦਾਂ ਲੱਗਦੀ ਜਿਵੇਂ ਫੱਟੂ ਮਾਰ ਲੱਗਣਾ ਹੋਵੇ ਆਹ ਦੇਖ ਲੈ ਅੱਜ ਤੇ ਸਟੇਜ ਵੀ ਵੱਡੀ ਲਾਤੀ ਹੈ
ਤੇ ਧਿਆਨ ਨਾਲ ਧਿਆਨ ਨਾਲ ਭਾਰਤ ਚਾਲ ਦੇ ਨਾਲ ਪ੍ਰਿੰਸੀਪਲ ਚਾਲ ਦੇ ਨਾਲ ਵੀ ਬੰਸ਼ ਭਾਰਤ ਵਾਲੇ ਵੀ ਉੱਠਦੇ ਆ, ਕੋਈ ਗੱਲ ਨੀ ਮਿਹਨਤੀ ਆਪਣੇ ਹਾਊਚਰ ਦੇ ਜਿਹੜੇ ਕਹਿੰਦੇ ਹੋਣਗੇ ਵੱਡੇ ਇਧਰਲੇ ਪਾਸੇ ਸਵਾਦ ਵਜਿਆ ਹੈ ਲਾਗੇ ਮੋਹਿਤ ਚਾਲ ਦਾ ਧੰਨਵਾਦ ਭਰਾ ਸਾਡੇ ਦਾ ਨੇ ਨਾਲ ਚੰਦਲ ਘੋਸ ਦਾ ਭਰਾ ਸਾਡਾ ਲੈ ਵੀ ਨਗਰ ਵਾਲਿਆ ਆਓ ਆ ਗਿਆ ਤਿਲਕਾ ਕਰੇ ਗੁਰੂ ਦਾ ਵੀ ਧੰਨਵਾਦ ਹੈ ਪਰ ਤਿਲਕੇ ਨੇ ਹੁਣ ਬਾਲਾ ਕਰਨੀ ਹੈ ਉੱਧਰ ਦੀਪਕ ਚਾਲ ਯੂਕੇ ਦਾ ਭਰਾ ਜਿਹੜੇ ਭਰਾ ਵੱਲੋਂ 11,000 ਦੇ ਫੱਟੇ ਜੋੜਾਂ ਨਾਲ ਮੇਲਾ ਕਰਾਉਣ ਲਈ ਆਏ ਹੈ ਤੇ ਬੋਲਾਂ ਤੋਂ ਖੁਸ਼ ਹੋ ਕੇ ਵੀ ਬਹੁਤ ਵੱਡੇ ਮਾਰੇ ਕੀਤੇ ਆ ਦੀਪਕ ਚਾਲ ਯੂਕੇ ਆਉਣ ਬੈਠਾ ਯੂਕੇ ਦੇ ਵਿੱਚ ਗੱਲਾਂ ਕਿਤੇ ਟਿਕਾਣੇ ਆਏ ਤੇ ਹੱਸ ਕੇ ਨਾ ਕਹਿੰਦੇ ਕਿਤੇ ਦੋ ਨੰਬਰੀ ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਯੂਕੇ ਵਾਲੇ ਵੱਜਦਾ ਹੈ ਚਲਦੇ ਹੈ ਦੋ ਨੰਬਰ ਚ ਵੀ ਇੱਕ ਨੰਬਰ ਚ ਗਏ ਹੈ ਤੇ ਗੱਲਾਂ ਟਿਕਾਣੇ ਆ ਚਰਚੇ ਹੁੰਦੇ ਹੈ ਆਓ ਦੇਖ ਲਾ ਨਹੀਂ ਤੇ ਨੋਟਾਂ ਦੇ ਬੈਗ ਭਰਨੇ ਪੈਂਦੇ ਨਹੀਂ ਤੇ ਕਿਤਾਬਾਂ ਦੇ ਟਰੱਕ ਭਰਨੇ ਪੈਂਦੇ ਪਾਸੇ ਤਿਲਕਾ ਵਾਲ ਕਰਨ ਲਈ ਤਿਆਰ ਵਰ ਤਿਆਰ ਹੈ ਕਹਿਣ ਚਰਚੇ ਕਿੰਨੇ ਵੱਡੇ ਹੈ ਪਰ ਆਪ ਸਾਹਮਣੇ ਮੁੰਡਾ ਕਿੰਨੇ ਵੇਖਾਂਗੇ ਉਹ ਬੱਲੇ 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 ਸੱਤ ਜੁੜ ਗਏ ਪਰ ਮੈਨੂੰ ਲੱਗਦਾ ਲੈ ਵੀ ਅਸੀਂ ਅਨਿਲ ਹੀ ਆ ਹਾਂ ਅਨਿਲ ਕਹਿੰਦੇ ਸਾਹਮਣੇ ਬੱਲੇ ਬੱਲੇ ਘਰ ਆ ਰਿਹਾ ਮੁੰਡਾ ਕਹਿੰਦੇ ਦੇਖਾਂਗੇ ਨੂਰ ਫੇਰੀ ਧਾਰੀ ਆ ਛਿੰਦੇ ਹੋਣੀ ਸੁੱਕਾ ਸ਼ੇਰ ਕਹਿੰਦੇ ਕਹਿੰਦੇ ਫੱਟੀ ਨੀ ਬਣਾ ਕੇ ਲੈ ਕੇ ਆਇਆ ਚਰਚੇ ਆ ਮੈਨੂੰ ਲੱਗਦਾ ਵੀ ਅੱਜ ਨਵੇਂ ਸੱਪ ਕੱਢਣਗੇ ਕੱਲਾ ਸਾਹਮਣੇ ਗੱਲਾਂ ਕਹਿੰਦੇ ਟਿਕਾਣੇ ਆ ਟੈਂਟਾਂ ਵੀ ਚੁੱਪ ਕੱਢੀ ਜਾਂਦੇ ਆ ਚਰਚੇ ਹੋਏ ਪਏ ਹਾਂ ਬਾਕੀ ਲੈ ਵੀ ਚਰਚੇ ਹੋਣੇ ਵੀ ਚਾਹੀਦੇ ਆ ਕੱਲਣ ਸਾਹਿਬ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਮੇਰੇ ਵੀਰੋ ਆਓ ਗੁਰੂਆਂ ਪੀਰਾਂ ਪੈਗੰਬਰ ਸਾਨੂੰ ਸੂਰਜਾਂ ਦੀ ਧਰਤੀ ਹੈ ਕਿ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਮੇਰੇ ਵੀਰੋ ਜਿਹੜੀ ਧਰਤੀ ਦਾ ਵੱਡਾ ਕਿਰ ਮਿਲਦਾ ਆਓ ਵੱਡੀ ਰੌਣਕ ਲੱਗੀ ਹੈ ਮੇਰੇ ਵੀਰੋ ਐਨ ਕਹਿੰਦੇ ਵੇਖਾਂਗੇ ਸਵਾਲ ਵਜਾਇਆ ਵੀਰੇ ਇਕੱਠ ਨਾ ਕਰੀਏ ਮੇਰੀ ਬੇਨਤੀ ਹੈ ਨੋ ਵਾਲ ਹੈ ਉਧਰਲੇ ਪਾਸੇ ਮੁੰਡਾ ਕਹਿੰਦੇ ਸਾਹਮਣੇ ਮੁੰਡਾ ਕਹਿੰਦੇ ਨਪੋਦਰ ਏਰੀਏ ਦਾ ਮੁੰਡਾ ਸ਼ਾਹਪੁਰ ਦਾ ਕਹਿੰਦੇ ਮੁੰਡਾ ਨੂਰਪੁਰ ਜੱਥੇ ਵਾਲਾ ਕਹਿੰਦੇ ਨੂਰਪੁਰ ਲਾਗੇ ਦਾ ਕਹਿੰਦੇ ਖਾ ਰਹੀ ਹੈ ਭਾਰਤ ਚਾਲ ਦੇ ਨਾਲ ਯਾਰੀ ਹੈ ਤੇ ਰਿਸ਼ਤੇਦਾਰੀਆਂ ਗੂੜੀਆਂ ਨੇ ਕਾਕਾ ਕਹਿੰਦੇ ਆਇਆ ਤੇ ਕਾਕੇ ਹੁਣ ਯਾਰ ਵੀ ਇਟਲੀ ਦੇ ਵਿੱਚ ਬੈਠਾ ਤੇ ਨਾਲ ਕਹਿੰਦੇ ਦਿਓ ਆਇਆ ਕਹਿੰਦੇ ਆਹ ਸ਼ਿਕਾਰਾ ਵਾਲਾ ਭਰਾ ਸੋਡਾ ਤੇ ਉਹਦੀ ਯਾਰੀ ਸਰਗੁੰਦੀ ਵਾਲੇ ਕਹਿੰਦੇ ਰਿਪਲ ਦੇ ਨਾਲ ਹੈ ਤੇ ਰਿਪਲ ਦੀ ਯਾਰੀ ਵੱਡੀ ਦੇ ਨਾਲ ਗੱਲਾਂ ਕਿੰਨੇ ਟਿਕਾਣੇ ਹੈ ਬਾਹਰ ਪਰਲੀ ਫੇਰ ਮੁੰਡਾ ਤਿਆਰ ਵਾ ਤਿਆਰ ਸਾਹਮਣੇ ਕਹਿੰਦੇ ਜੱਸੀ ਨੂਰਪੁਰ ਜੱਥੇ ਦੀ ਧਰਤੀ ਦਾ ਲਓ ਸਾਹਮਣੇ ਕਹਿੰਦੇ ਤਿਆਰ ਵਾ ਤਿਆਰ ਹੈ ਮੇਰੇ ਵੀਰੋ ਇਧਰਲੇ ਪਾਸੇ ਪੈ ਗਈ ਬਾਲ ਤੇ ਜੱਸੀ ਹੈ ਨਜ਼ਰ ਹਾਂ ਪਰਦਾ ਹੋਇਆ ਕਿਹਨੇ ਕਮਾਲ ਮੇਰੇ ਵੀਰੋ ਜੇ ਕੋਈ ਸੋ ਰਿਹਾ ਸੜ ਕੇ ਕਿਨਾਰੇ ਤੇ ਕੋਈ ਕਰਦਾ ਸ਼ਿਤਵਾਰੇ ਤੇ ਕੋਈ ਤਰਸੀ ਵੇਖੇ ਟੁੱਕਰ ਨੂੰ ਕੋਈ ਪੀ ਕੇ ਚੱਪੇ ਪੁੱਕਰ ਨੂੰ ਕਿੱਥੇ ਭੁੱਖੇ ਨਿਆਣੇ ਸੁੱਤੇ ਨੇ ਕਿੱਥੇ ਦੁੱਧ ਪੀਣ ਨੂੰ ਕੁੱਤੇ ਨੇ ਕਿੱਥੇ ਨੰਗਾ ਕੰਬੇ ਰਾਹਾਂ ਤੇ ਕਿੱਥੇ ਟੰਗੇ ਕੋਟਲੇ ਬਾਹਾਂ ਤੇ ਕਿੱਥੇ ਕੀ ਕਾਰੇ ਹੁੰਦੇ ਨੇ ਰਿਸ਼ਵਤ ਨਾਲ ਗੁਜ਼ਾਰੇ ਹੁੰਦੇ ਨੇ ਮੈਂ ਡਰਦਾ ਤੈਨੂੰ ਦੱਸਣ ਤੋਂ ਤੇਰੇ ਸਾਹਮਣੇ ਸਾਰੇ ਹੁੰਦੇ ਨੇ ਕਦੇ ਬੰਦਾ ਬਣ ਕੇ ਆਪਦਾ ਤੈਨੂੰ ਦੁੱਖ ਸੁਣਾਉਣਾ ਚਾਹੁੰਦਾ ਹਾਂ ਅੱਜ ਇਸੇ ਗੱਲ ਦੀ ਖਾਤਰ ਮੈਂ ਤੈਨੂੰ ਹੇਠ ਬੁਲਾਉਣਾ ਚਾਹੁੰਦਾ ਹਾਂ ਅੱਜ ਇਸੇ ਗੱਲ ਦੀ ਖਾਤਰ ਮੈਂ ਤੈਨੂੰ ਹੇਠ ਬੁਲਾਉਣਾ ਚਾਹੁੰਦਾ ਹਾਂ ਗੱਲਾਂ ਸੱਚੀਆਂ
ਹਾਂ ਵੀ ਸੁੱਖਿਆ ਹੁਣ ਤੇ ਗੇੜੇ ਕੱਢੀ ਜਾਣ ਆਲੇ ਦੁਆਲੇ ਚੰਡੀਗੜ੍ਹ ਨੀ ਹੈਗਾ ਵੀਰੇ, ਗੱਲਾਂ ਹੋਈਆਂ ਵੀ ਤੇਰੇ ਕੋਲੋਂ ਯਾਰਾ ਸਾਨੂੰ ਪਤਾ ਨੀ ਪੱਕੀ ਹੋਏਗਾ ਦੱਸ ਦਾਂਗੇ। ਬਾਅਦ ਅਗਲਾ ਮੈਚ ਹੀ ਆ ਇੱਕ ਲਾਸਟ ਕੁਆਟਰ, ਉਦੋਂ ਹੀ ਆਣਗੇ ਜਿਹੜੇ ਆਣੇ ਆ ਬਾਹਰ, ਉਸ ਤੋਂ ਬਾਅਦ ਤਾਂ ਫਿਰ ਨੀ ਕਮਾਲ ਕਰੀ ਤੁਰੇ ਆਉਂਦਾ ਹੈ ਵੀ ਲਾਗੇ ਪਰਸੀਨ ਕਦੋਂ ਉੱਠਦੀਆਂ ਮੱਕੀਆਂ ਨੇ, ਜਦੋਂ ਕਦੀ ਸੋਚ ਵਾਲੇ ਘਰ ਦੇ ਤਰੱਕੀਆਂ ਨੇ, ਲਾਂਚ ਦੇ ਕੀੜੇ ਜਿਹੜੇ ਖੋਪੜੀ ਚ ਪਾਉਂਦੇ ਬੰਦੇ ਇੱਕ ਦਿਨ ਉਹੀ ਕਰਜਾਈ ਹੁੰਦੇ ਨੇ। ਸਰਕਾਰ ਨੇ ਤੋਂ ਲੈ ਕੇ ਫਿਰ 19 ਮਿੰਟ ਸਦੀਕ ਸਾਹਿਬ ਬੋਲਣਗੇ, ਚਰਚੇ ਸਦੀਕ ਸਾਹਿਬ ਦੇ ਵੀ ਹੋਏ ਹੈ ਜਿਹਨੇ ਪਿਛਲੇ ਦੋ ਮੇਲੇ ਆਪਣੇ ਦਮ ਤੇ ਚਲਾਇਆ। ਸਾਹਮਣੇ ਕਹਿੰਦੇ ਕਨਾਲ ਹੁੰਦੀ ਮੇਰੇ ਵੀਰੋ, ਆਹ ਸਾਹਮਣੇ ਮੁੰਡਾ ਕਹਿੰਦੇ ਮਾਸੀ ਦਾ ਕਹਿੰਦੀ ਦੁਨੀਆ ਮੇਰੇ ਵੀਰ ਚਰਚੇ ਲੱਗੀ ਨਗਰ ਆ ਜਿਹੜੇ ਬੰਦੇ ਹੁੰਦੇ ਆਹ ਚਰਚੇ ਜਿਹੜੇ ਹੋਣੇ ਵੀ ਚਾਹੀਦੇ ਆ, ਪਰ ਮੇਰੀ ਨਾ ਦਬਾਬੇ ਦਾ ਇਲਾਕਾ ਹੈ ਜੇ ਚਰਚੇ ਜਿਹੜੇ ਕਹਿੰਦੇ ਕਰਾਉਣੇ ਪੈਣੇ ਆ। ਸਾਲ ਕੰਤਰੀ ਕਹਿੰਦੇ ਮੁੰਡਾ ਫਵਾਰੇ ਵਾਲਾ ਉਹ ਜਿਹੜਾ ਤਿਆਰ ਦਾ ਤਿਆਰ ਹੈ, ਪਰ ਜੱਸੀ ਨਾਇਆ ਨਾ ਆਹ ਸਾਹਮਣੇ ਮੇਰੇ ਵੀਰੋ ਆਹ ਮੁੰਡਿਆਂ ਨੇ ਕਹਿੰਦੇ ਬੱਲੇ ਬੱਲੇ ਕਰੇ ਹਰੀਪੁਰ ਸਿੰਘ ਸਿਨੇਮਾ ਦੇ ਵਿੱਚ ਵੀ ਕਰਵਾਈ ਹੈ ਤੇ ਚਰਚੇ ਜਿਹੜੇ ਕਹਿੰਦੇ ਹੁੰਦੇ ਉਹਦੀ ਜਿੱਤ ਹਮੇਸ਼ਾ ਦੋਸਤੋ, ਜਿਹੜਾ ਪਹਿਲਾਂ ਕਰਗੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ, ਜਿਹੜਾ ਪਹਿਲਾਂ ਕਰਗੇ ਵਾਰ ਆਹ ਜਿੱਤ ਤੇ ਉਸੇ ਦੀ ਹੁੰਦੀ ਹੈ ਜਿਹਨੇ ਮਿਹਨਤ ਲਾਈ ਹੈ ਤੇ ਗੱਲਾਂ ਕਿਵੇਂ ਟੰਗਾਣੇ ਲੱਗਦੀ ਹੈ। ਵੱਡੇ ਪਦੋਂ ਦੇ ਧੰਨਵਾਦ ਕਿ ਡੀਜੇ ਬਾਜਦਾ ਸੀ ਲੈ ਲਿਆ ਸਟੈਂਡ ਯਾਰ ਨੇ, ਤੇਰੇ ਪਿੱਛੇ ਟੁੱਟਦੇ ਲਫੈਟ ਯਾਰ ਨੇ, ਉਹ ਮੁੱਲ ਪੂਰਾ ਮੋੜਿਆ ਸੀ ਨੰਗ ਤੇਰੀ ਦਾ, ਗਾਣਾ ਸਾਰੀ ਰਾਤ ਚੱਲੂਗਾ ਜੀ ਪਸੰਦ ਤੇਰੀ ਦਾ, ਵੀ ਗਾਣਾ ਸਾਰੀ ਰਾਤ ਚੱਲੂਗਾ ਰੰਧਾਵੇ ਵੀ ਪੁੱਛਦੇ ਜਾ ਰਹੇ ਹੈ ਗੱਲਾਂ ਕਿਹਨੇ ਟਿਕਾਣੇ ਹੈ ਕਿਉਂਕਿ ਰਿਸ਼ਤੇਦਾਰੀਆਂ ਥੂੜੀਆਂ ਪੰਦਰ ਸਾਹਿਬ ਦੇ ਵਿੱਚ ਚਰਚੇ ਵੀ ਹੁੰਦੇ ਮੇਰੇ ਬਾਹਰ ਕਰ ਲਈ ਫੇਰ ਚਰਚਿਆਂ ਚ ਆਇਆ ਉਹ ਵੀ ਹੈ ਜਿਹਨੇ ਕੱਲ ਕਹਿੰਦੇ ਦੇਖ ਲਾ ਕੋਟਲੀ ਗਾਜਰਾਂ ਦੇ ਵਿੱਚ ਬਾਲਾ ਪਾਈਆਂ, ਆਇਆ ਉਹ ਵੀ ਹੈ ਤੇ ਪਾਉਣੀ ਅੱਜ ਵੀ ਬਾਲਾ, ਜਦੋਂ ਛਿੱਕੇ ਮਾਰਦਾ ਫਿਰ ਕੂਣੀ ਦੀ ਵਾਜਾ ਵੀ ਯੂਐਸ ਲੱਕੜੇ ਜਾਂਦੀਆਂ, ਗੱਲਾਂ ਕਿੰਨੇ ਟਿਕਾਣੇ ਲੱਗਦੀਆਂ, ਸੁੱਖਾ ਸ਼ੇਰ ਗੱਲਾਂ ਵੱਡੀ ਨੀ ਬਣਾ ਕੇ ਲੈ ਕੇ ਆਇਆ, ਬਾਲਪੁਰ ਵੀ ਕਿੰਨੇ ਫੇਰ ਬੰਦਾ ਕਿੰਨੇ ਤਿਆਰ ਤਿਆਰ ਹੈ, ਸੇਵਕ ਦਾ ਵੀ ਧੰਨਵਾਦ ਹੈ, ਟੇਕੇ ਦਾ ਵੀ ਧੰਨਵਾਦ ਹੈ,
ਤੇ ਨਾਲ ਪ੍ਰਮੋਸਾ ਜੀ ਦੇ ਨਾਲ ਨਿੰਮੇ ਦਾ ਤੇ ਨਾਲ ਕਦੇ ਭਾਸ਼ਣ ਦਾ ਦੇਖਾਂਗੇ। ਗੁਰਸ਼ੀ ਦਾ ਵੀ ਵਿਸ਼ੇਸ਼ ਤੌਰ ਤੇ ਧਾਰਨ ਹੈ। ਆਓ ਵੇਖ ਲਾ ਵੱਡੀਆਂ ਬੱਗ ਸਾਈਡਾਂ ਦੇ ਉੱਤੇ ਸਤਾਈ ਤਰੀਕ ਇੱਕ ਦਿਨ ਦਾ ਕਹਿੰਦੇ ਵੱਡਾ ਮੇਲਾ ਬੜੇ ਪਿੰਡ ਦੀ ਧਰਤੀ ਹੋਵੇਗੀ। ਚਰਚੇ ਹੋਣਗੇ ਜਿਹੜੇ ਪਿੰਡ ਦੇ ਕਹਿੰਦੇ ਸੀਪ ਉਹਨਾਂ ਦੇ ਚਰਚੇ ਹੈਪੀ ਉਹਨਾਂ ਦੇ ਚਰਚੇ ਹੈ ਗੱਲਾਂ ਕਿੰਨੇ ਹੁੰਦ ਗਿਆ ਹੈ ਜੋਗਿੰਦਰ ਹੋਣਾਂ ਦੇ ਚਰਚੇ ਹੈ ਲਓ ਸਾਹਮਣੇ ਧੁੱਪ ਸੀ ਉਹਦੇ ਬੱਲੇ ਹੁੰਦੀ ਕਮਾਲ ਕਨੇਡਾ ਵਾਲੇ ਨੇ ਕੈਚ ਫੜ ਲਿਆ ਤੇ ਉਮਰ ਸਮਾਪਤੀ ਨੂੰ ਸਮਾਪਤ ਦਾ ਮੈਨੂੰ ਲੱਗਦਾ ਹੈ ਬਹੁਤ ਵੱਡਾ ਖਿਡਾਰੀ ਬਣ ਗਿਆ ਬਲੰਦੇ ਵਾਲਾ ਜੱਜ ਵਿਸ਼ੇਸ਼ ਤੌਰ ਤੇ ਆਇਆ ਬੜਾ ਧੰਨਵਾਦ ਹੈ ਰੰਧਾਵਾ ਦੇ ਨਾਲ ਮੇਰੇ ਮਾਜਰੀ ਪਿੰਡ ਨਾਲ ਰਹਿ ਵੀ ਨਿੰਮੇ ਦੇ ਘਰ ਦੇ ਚ ਆ ਗਏ ਆਏ ਆ ਜੇ ਮੁੰਡੇ ਕੋਈ ਫਿੱਟ ਹੋ ਗਏ ਆਏ ਅੰਦਰ ਦੇ ਵਿੱਚ ਵੀ ਤੁਰੀ ਬੋਲ ਰਹੀਆਂ ਮੁੰਡਿਆਂ ਕੋਈ ਪਰ ਬੜਾ ਕਰੇ ਧੰਨਵਾਦ ਸਾਡੇ ਵੀਰ ਦਾ ਜਿਹੜਾ ਕਦੇ ਕਰ ਜਾਂਗੇ ਵਿਸ਼ੇਸ਼ ਤੌਰ ਉੱਪਰ ਆਇਆ ਕਰਤਾਰਪੁਰੀਆ ਵੀ ਹੈ ਆਇਆ ਕਿਸੇ ਗੱਲ ਕਰਕੇ ਹੈ ਜਦੋਂ ਉੱਪਰਾਂ ਦੇ ਵਿੱਚ ਮੇਲਾ ਹੁੰਦਾ ਉਦੋਂ ਵੀ ਵੱਡੀ ਰੌਣਕੀ ਲੱਗਦੀ ਹੈ ਚਰਚੇ ਹੁੰਦੇ ਆ ਕਿਉਂਕਿ ਨਿੰਮੇ ਦੇ ਰਿਸ਼ਤੇਦਾਰੀਆਂ ਬਹੁਤ ਥਾਂ ਹੈ ਚਰਚੇ ਹੁੰਦੇ ਆ ਜਦੋਂ ਉੱਪਰਾਂ ਦੇ ਵਿੱਚ ਮੇਲਾ ਹੋਇਆ ਉਦੋਂ ਵੀ ਕਿਤੇ ਚਰਚੇ ਹੋਏ ਆ ਡਾਕੇ ਲਾ ਵੀ ਐਨ ਚਰਚੇ ਕਹਿੰਦੇ ਹੁਣੇ ਵੀ ਚਾਹੀਦੇ ਆ ਉਹ ਧੀਰਾ ਕਿਤੇ ਚੰਗੇ ਚੱਕਾਂ ਨਾਲ ਭਰਾਵਾਂ ਨਾਲ ਵੜ ਕੇ ਤਿਆਰ ਹੈ ਬੜਾ ਧੰਨਵਾਦ ਵੀ ਧੀਰੇ ਚੱਕਾਂ ਦੇ ਨਾਲ ਪਿਆਰ ਹੈ ਕਿੰਨੇ ਮੇਰੇ ਨਿੰਮੇ ਭਰਾ ਦਾ ਜਿਹੜੇ ਫੈਨ ਸਪੋਂਸਰ ਕੀਤਾ ਹੈ ਆਹ ਮੇਰੇ ਵੀ ਚਰਚੇ ਜਿਹੜੇ ਕਹਿੰਦੇ ਆਹ ਕ੍ਰਿਕਟ ਦੀ ਦੁਨੀਆ ਦੇ ਅੰਦਰ ਆਉਂਦੇ ਹੈ ਆਹ ਸਾਹਮਣੇ ਵੀਰੇ ਜਲਦੀ ਫੀਲ ਸੈੱਟ ਕਰ ਦਿੰਦੇ ਬੈਂਸ ਨਾਲ ਨਵੀਂ ਫਵਾਰੇ ਆਇਓ ਜਲਦੀ ਆਇਓ ਭਰਾ ਬਣ ਕੇ ਔਰ ਬੜੀ ਮਿਹਰਬਾਨੀ ਹੋਵੇਗੀ ਵੱਡੇ ਪੱਧਰ ਦੇ ਧੰਨਵਾਦ ਸਾਡੇ ਭਰਾਵਾਂ ਨਾਲ ਕਰ ਦਿਆਂਗੇ ਜਲਦੀ ਤੋਂ ਨਾਲ ਮੈਚ ਓਪਨ ਕਰਾਵਾਂਗੇ ਔਰ ਵੱਡਾ ਧੰਨਵਾਦ ਸਾਡੇ ਵੀਰਾਂ ਦਾ ਜਿਹੜਾ ਕਹਿੰਦੇ ਵਿਸ਼ੇ ਤੌਰ ਦੇ ਉੱਪਰ ਕਰ ਦਿਆਂਗੇ ਵਿਜੇ ਭਰਾ ਸੋਹਣਾ ਵੀ ਸਟੇਡੀਅਮ ਵਾਲਾ ਬੈਠਾ ਵਿੱਚ ਮਲੇਸ਼ੀਆ ਦੇ ਮਾਨ ਕਰਦਾ ਮੇਰੇ ਵੀਰੋ ਨਾਲ ਪੰਜ ਸੱਤ ਗੋਰੀਆਂ ਮੇਲਾ ਬੜਾ ਨਿਆਉਣੇ ਏਦਾਂ ਲੱਗਿਆ ਆਹ ਗਲਾਂ ਹੁਣ ਟਿਕਾਣੇ ਲੱਗੇ ਪਈਆਂ ਉਧਰ ਪ੍ਰਧਾਨ ਜੱਸੀ ਚੱਲਰ ਤੋਂ ਕਹਿੰਦੇ ਵਿਸ਼ੇ ਤੌਰ ਤੇ ਧੰਨਵਾਦ ਹੈ ਤੇ ਨਾਲ ਵਿਜੇ ਆਸਟ੍ਰੇਲੀਆ ਕੁਲਜੀਤ ਕੁੱਕੇ ਕਹਿੰਦੇ ਕੈਨੇਡਾ ਵਾਲਾ ਵੀਰ ਤੇ ਨਾਲ ਕਿਹੜੇ ਸਰਕਲ ਸਰਪੰਚ ਹੰਸਰਾਜ ਜੋਸ਼ੀ ਜੀ ਇਹਨਾਂ ਦਾ ਕਹਿੰਦੇ ਵਿਸ਼ੇ ਤੌਰ ਤੇ ਧੰਨਵਾਦ ਹੈ ਵਿਜੇ ਆਸਟ੍ਰੇਲੀਆ ਤੇ ਨਾਲ ਕੁਲਜੀਤ ਕੁੱਕੀ ਕੈਨੇਡਾ ਇਹਨਾਂ ਵੀਰਾਂ ਦਾ ਧੰਨਵਾਦ ਤੇ ਜੱਸੀ ਚੱਲਰ ਸਾਹਿਬ ਇਹਨਾਂ ਭਰਾਵਾਂ ਦਾ ਧੰਨਵਾਦ ਨਾਲ ਕਿਹੜੇ ਸਰਕਲ ਸਰਪੰਚ ਜੀ ਹੰਸਰਾਜ ਜੋਸ਼ੀ ਜੀ ਇਹਨਾਂ ਦਾ ਕਹਿੰਦੇ ਬਹੁਤ ਵੱਡਾ ਯੋਗਦਾਨ ਹੈ ਵਿਸ਼ੇ ਤੌਰ ਤੇ ਧੰਨਵਾਦ ਹੈ
ਉਧਰ ਕਹਿੰਦੇ ਗਰਾਇਆਂ ਵਾਲਾ ਲਾਲੀ ਵੀ ਕਹਿੰਦੇ ਆ ਉਸ ਦੀਆਂ ਤਾਂ ਜੋੜੀ ਬੈਠਾ ਹੈ ਵੀ ਸ਼ੇਰ ਤੁਹਾਡੇ ਧਾਰਵਾ ਕਰਦੇ ਹੈ ਮੇਲੇ ਵਾਸਤੇ ਪਜੇ ਹੈ ਵੱਡਾ ਕਹਿੰਦੇ ਧੰਨਵਾਦ ਹੈ ਮੇਰੇ ਜਿੰਨੇ ਦਰਸ਼ਕ ਵੀਰ ਜਿੰਨੇ ਭਰਾ ਵੀ ਅੱਜ ਇਸੇ ਖੇਡ ਮੇਲੇ ਨੂੰ ਕਹਿੰਦੇ ਪਜਦੇ ਹੈ ਵੱਡੇ ਪੱਧਰ ਦੇ ਕਹਿੰਦੇ ਧੰਨਵਾਦ ਉਧਰ ਸ਼ੇਰ ਚਾਲ ਕਹਿੰਦੇ ਧੰਨਵਾਦ ਹੈ ਜਿਹਨੇ ਪਿੰਡ ਦੀ ਸੇਵਾ ਆਈ ਨੂੰ ਦੱਸਿਆ ਵੀ ਦੇਖ ਲਾ ਵੀ ਗੀਤਾ ਵੀ ਭਰੀ ਫਿਰਦਾ ਹੈ ਕਰਤੇ ਗੋਪਿਆ ਗੋਲੂ ਤੂੰ ਇੰਨੇ ਕਿਹੜੇ ਲੱਗਦਾ ਸਰੀਰ ਦੇ ਹਿਸਾਬ ਦੇ ਨਾਲ ਲੱਗਦਾ ਕਿਉਂਕਿ ਗਰਮੀ ਬਹੁਤ ਹੈ ਕੋਰੋਨਾ ਐਂਬੂਲੈਂਸ ਲਾਈ ਲੋ ਕਿਤੇ ਕਿੰਨੀ ਚੰਗੀ ਕਰ ਦੇ ਨਾਲ ਅਮਨਦੀਪ ਸਿੰਘ ਜੀ ਵਿਸ਼ੇ ਤੌਰ ਤੇ ਆਏ ਹੈ ਵੱਡੇ ਪੱਧਰ ਤੇ ਧੰਨਵਾਦ ਪਿਆਰ ਹੈ ਭਰਾਵਾਂ ਨਾਲ ਮੇਰੇ ਵੀਰੋ ਵੱਡੇ ਪੱਧਰ ਤੇ ਧੰਨਵਾਦ ਨਵੀਂ ਸ਼ਾਮ ਦਾ ਸੀ ਨਾ ਪਾਣੀ ਭਰ ਇੱਧਰ ਦਵਾ ਯਾਰ ਮੁੰਡਿਆਂ ਨੂੰ ਧੰਨਵਾਦ ਕਹਿੰਦੇ ਸ਼ਾਮ ਦੇ ਸਵੇਰ ਵੀਰ ਦਾ ਪਾਣੀ ਦੀ ਸੇਵਾ ਕਰ ਰਿਹਾ ਵੀ ਗੁਰੂ ਪਾਣੀ ਭਰਾ ਮੁੰਡਿਆਂ ਨੂੰ ਵੱਡਾ ਧੰਨਵਾਦ ਹੋਵੇਗਾ ਲੱਗ ਰਿਹਾ ਵੀ ਪਾਣੀ ਜਿਹੜਾ ਮੋਇਰਾ ਕਰਦੇ ਪਲੇਰ ਤੱਕ ਬੜਾ ਧੰਨਵਾਦ ਬੜੇ ਪ੍ਰਬੰਧ ਵਧੀਆ ਤਿਆਰ ਕਰਕੇ ਦਿੱਤੇ ਹੈ ਉੱਧਰ ਜਿੰਨੇ ਵੀ ਅੱਜ ਦੇ ਮੁੱਖ ਮਹਿਮਾਨ ਸਾਡੇ ਉੱਧਰ ਵਿਆਹ ਮੁੰਡੇ ਜਾ ਰਹੇ ਹੈ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਬਹੁਤ ਵੱਡਾ ਧੰਨਵਾਦ ਸਾਰੇ ਮੈਨੇਜਰ ਸਾਹਿਬ ਜੀ ਆਏ ਵਿਸ਼ੇਸ਼ ਤੌਰ ਤੇ ਧੰਨਵਾਦ ਆਇਆ ਗੁਰਦੁਆਰਾ ਸਾਹਿਬ ਦੇ ਕਹਿੰਦੇ ਦੇਖਿਆ ਕਿ ਮੈਨੇਜਰ ਸਾਹਿਬ ਸੇਵਕ ਆਏ ਆ ਮੈਂ ਆਖਦਾ ਸਾਰਿਆਂ ਦਾ ਧੰਨਵਾਦ ਆਇਆ ਜਿੰਨੇ ਵੀ ਸੇਵਕ ਆਏ ਗੁਰਦੁਆਰਾ ਸਾਹਿਬ ਜੀ ਤੋਂ ਬਹੁਤ ਪਾਵਨ ਤੇ ਪਵਿੱਤਰ ਧਰਤੀ ਹੈ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੀ ਧਰਤੀ ਜਿਹੜੀ ਧਰਤੀ ਦੇ ਕਹਿੰਦੇ ਬਹੁਤ ਵੱਡਾ ਮੇਲਾ ਖੇਡਿਆ ਜਾ ਰਿਹਾ ਹੈ ਜੀ ਆਇਆਂ ਨੂੰ ਆਖਦੇ ਸਾਰੀ ਪ੍ਰਬੰਧਕ ਕਮੇਟੀ ਦਾ ਜਿੰਨੇ ਵੀ ਸੇਵਕ ਆਏ ਹੈ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹਨਾਂ ਦੇ ਕਹਿੰਦੇ ਸਾਰੇ ਵੀਰਾਂ ਦਾ ਧੰਨਵਾਦ ਹੈ ਵਿਸ਼ੇ ਤੌਰ ਤੇ ਆਸਟ੍ਰੇਲੀਆ ਵਾਲਾ ਤੇ ਕੁਲਜੀਤ ਕੁੱਕੀ ਕਹਿੰਦੇ ਕੈਨੇਡਾ ਵਾਲਾ ਵੀਰ ਇਹਨਾਂ ਭਰਾਵਾਂ ਦਾ ਵਿਸ਼ੇ ਤੌਰ ਤੇ ਧੰਨਵਾਦ ਕਰਦੇ ਹਾਂ ਬਹੁਤ ਵੱਡੇ ਯੋਗਦਾਨ ਇਹਨਾਂ ਭਰਾਵਾਂ ਦੇ ਲੈ ਕੇ ਲਵੇ ਗੁਰੂ ਦੇ ਤਾਏ ਦਾ ਮੁੰਡਾ ਗਗਨ ਵੀ ਆ ਗਿਆ ਵੱਡੇ ਪੱਧਰ ਦੇ ਧੰਨਵਾਦ ਸਾਡੇ ਭਰਾਵਾਂ ਦਾ ਕਹਿੰਦੇ ਕਰ ਜਾਂਗੇ ਇਧਰਲੇ ਪਾਸੇ ਉਧਰ ਗਗਨ ਚਾਲ ਕਹਿੰਦੇ ਬ੍ਰਦਰ ਡੈਕੋਰੇਸ਼ਨ ਵਾਲੇ ਵੀਰ ਆਏ ਹੈ ਵੱਡਾ ਧੰਨਵਾਦ ਹੈ ਵੱਡਾ ਧੰਨਵਾਦ ਕਰਦੇ ਸਾਰੇ ਭਰਾਵਾਂ ਦਾ ਜਿੰਨੇ ਵੀ ਸੇਵਕ ਗੁਰਦੁਆਰਾ ਸਾਹਿਬ ਤੋਂ ਕਿੰਨੇ ਚੱਲ ਕੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਹਾਂ ਲਵੀ ਆਪਾਂ ਦੇਈਏ ਚਿਹਰਾ ਲੈ ਕੇ ਲਵੀ ਸਾਡੇ ਸਾਹਮਣੇ ਆਪਣੇ ਕਿਉਂਕਿ ਸਟੇਜ ਥੋੜੀ ਤਿਆਰ ਹੋ ਰਹੀ ਹੈ ਲਵੀ ਧੰਨਵਾਦ ਹੈ ਛੇ ਭਾਈ ਨੂੰ ਵੀ ਆਪਾਂ ਹੁਣ ਜਲਦੀ ਸਟੇਜ ਆਪਾਂ ਵੀ ਤਿਆਰ ਕਰ ਰਹੀ ਹੈ ਲੈ ਕੇ ਲਵੀ ਸਟੇਜ ਜਲਦੀ ਆਪਣੇ ਗੱਡੀ ਭਰਾ ਬਣ ਕੇ ਲੈ ਨਗਰ ਵਾਲਿਆ ਮੈਚ ਬਹੁਤ ਤਕੜਾ ਹੋ ਜਾਂਦਾ ਲੈ ਕੇ ਚੋਟੀ ਦਾ ਮੈਚ ਇੱਕ ਪਾਸੇ ਨਕੋਦਰ ਦਾ ਇਲਾਕਾ ਸ਼ਾਹਗੁਰ ਦਾ ਇਲਾਕਾ ਪੈ ਜਾਂਦਾ ਤੇ ਨੂਰਪੁਰ ਜਿੱਥੇ ਦੀ ਧਰਤੀ ਜਿਹੜੀ ਧਰਤੀ ਤੋਂ ਮੁੰਡੇ ਚੱਲ ਕੇ ਆਏ ਹੈ ਜਿਹੜਾ ਮੁੰਡਾ ਪਾਲਾ ਪਾਉਂਦਾ ਇਹਨਾਂ ਫਲਾਰ ਤੋਂ ਜਦੋਂ ਆਪਾਂ ਤਲਵਰ ਨੂੰ ਜਾਈਏ ਤੇ ਖੁੱਖੇ ਵਾਲ ਪਿੰਡ ਕਹਿੰਦੇ ਰਾਹ ਦੇ ਵਿੱਚ ਆਉਂਦਾ ਤੇ ਚਰਤੇ ਆਹ ਖੁੱਖੇ ਵਾਲੀਏ ਮਨਿੰਦਰ ਦੁਸਾਂਝ ਆਉਂਦੇ ਆ ਜਦੋਂ ਤਾਂ ਸਾਹਿਬ ਦੇ ਵਿੱਚ ਮੇਲਾ ਹੋਇਆ ਇੱਕ ਲੱਖ ਦੀ ਵੱਡੀ ਵਿਕਟ ਆਊਟ ਕਰਨ ਵਾਲਾ ਖਿਡਾਰੀ ਹੈ ਇਹ ਬਾਪੁਰ ਲਈ ਬਿੰਦੀ ਫੇਰ ਜਾਵਾ ਤਿਆਰ ਹੈ ਆਹ ਖੁੱਖੇ ਵਾਲੀ ਧਰਤੀ ਦਾ ਬਿੰਦੀ ਮੇਰੇ ਵੀਰੋ ਬਾਲਾਂ ਕਰ ਰਿਹਾ ਹੈ ਪਰਾ ਸਾਹਮਣੇ ਝਾਤ ਮਾਰੀਏ ਰਾਮਪੁਰੇ ਮੰਡੀ ਦਾ ਕਾਕਾ ਮੇਰੇ ਵੀ ਫੁੱਲ ਟਰੈਕਟਰ ਦਾ ਜਿੱਤੂ ਕਰ ਰਹੀ ਹੈ ਕਿ ਪਿੱਚ ਪਿੰਡਾਂ ਦਾ ਹੋਣ ਫੈਸਲੇ ਲਾਗਦਾਰ ਦੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਹੋ ਫੇਟ ਫੁੱਟ ਦੇ ਲੰਬੀਆਂ ਜੀਪਾਂ ਦੇ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਹੋ ਫੇਟ ਫੁੱਟ ਲੜੇ ਜਾ ਰਹੀਆਂ ਜੀਪਾਂ
ਮੋਟਰਸਾਈਕਲ ਵੀ ਮਾਮੂਲੀ ਜੀ ਗੱਲ ਹੋ ਗਈ, ਟਰੈਕਟਰ ਤੇ ਗੱਲਾਂ ਹੁੰਦੀਆਂ, ਗੱਲਾਂ ਕਹਿੰਦੇ ਜਾ ਕੇ ਆਓ ਗੱਡੀਆਂ ਤੇ ਮੁੱਕਦੀਆਂ। ਉਧਰ ਜਿੰਨੇ ਵੀ ਸੇਵਕ ਗੁਰਦੁਆਰਾ ਸਾਹਿਬ ਤੋਂ ਆਏ ਵਿਸ਼ੇ ਤੋਂ ਕਹਿੰਦਾ ਹੈ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੀ ਧਰਤੀ, ਕੱਲੜ ਸਾਹਿਬ ਦੀ ਧਰਤੀ, ਗੁਰੂਆਂ ਦੀ ਧਰਤੀ ਹੈ। ਸੰਗਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਹੈ, ਕਹਿੰਦਾ ਵੀ ਸੰਗਤ ਜਿੰਨੇ ਵੀ ਪ੍ਰਬੰਧਕ ਵੀਰ ਅੱਜ ਦੇ ਖੇਡ ਦੇ ਮੇਲੇ ਪਰ ਪਹੁੰਚੇ, ਪ੍ਰਬੰਧਕ ਕਮੇਟੀ ਨੇ ਜਿੰਨੇ ਦਿਨ ਜਿੰਨਾ ਲੰਗਰ ਚੱਲਿਆ ਸਾਰੀ ਪ੍ਰਬੰਧਕ ਕਮੇਟੀ ਤਿਆਰ ਪੈਂਦੀ ਵਾਰ ਦੇ ਸਾਹਮਣੇ ਪਰ ਬੱਲੇ ਬੱਲੇ ਕੋਈ ਬੜੀ ਔਖੀ ਹੈ। ਆਹ ਸਾਹਮਣੇ ਕਹਿੰਦੇ ਬਾਲ ਕਰਨ ਲਈ ਮੇਰੇ ਵੀ ਫੇਰ ਸੁੱਖੇ ਵਾਲ ਪਿੰਡ ਬੜਾ ਮਿੰਦੀ ਮੇਰੇ ਵੀ ਤਿਆਰ ਦਾ ਤਿਆਰ ਹੈ, ਜਿੰਨੇ ਵੀ ਭਰਾ ਦੇ ਮੇਲੇ ਦੇ ਉੱਪਰ ਪੁੱਜੇ ਹੈ ਸਾਰੇ ਵੀਰਾਂ ਦਾ ਧਾਰਵਾ ਹੈ ਵੀ ਚੌਧਰ ਦੇ ਭੁੱਖੇ ਕਦੇ ਚੱਲਦੇ ਨਾ ਚੱਲਣਾ ਯਾਰ ਸਾਨੂੰ ਸਰਤਾਰੀ ਵਿੱਚ ਗੱਭਰੂ ਕੁਵਾਰੇ ਪੁੱਤ ਮਰਦੇ ਨਾ ਮਾਪਿਆਂ ਦੇ ਤੇ ਕੁਵਾਰੀਆਂ ਦੇ ਸਿਰ ਤੋਂ ਚੁੰਨੀਆਂ ਨਾਲ ਲਹਿੰਦੀਆਂ ਗੁੱਸੂ ਮਰ ਕੇ ਸੀ ਮਿੱਟੀ ਗੁੱਸੇ ਕੋਟਲੇ ਵਾਲਿਆ ਉਹ ਭਾਰੇ ਨੀ ਥਿਆਉਣੇ ਜੇ ਕਿਸੇ ਭਿੰਡਰਾਂ ਵਾਲਾ ਸ਼ੇਰ ਮੁਰਗੇ ਫੇਰ ਆ ਗਿਆ ਓਏ ਧੰਨਵਾਦ ਹੈ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੀ ਸਾਰੀ ਪ੍ਰਬੰਧਕ ਕਮੇਟੀ ਜਿੰਨੀ ਵੀ ਗੁਰਦੁਆਰਾ ਸਾਹਿਬ ਤੋਂ ਵੱਡੀ ਹਾਜ਼ਰੀ ਲਵਾ ਕੇ ਗਈ ਹੈ ਵੱਡਾ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਹੀ ਮਾਣ ਯੋਗ ਦੇ ਸਤਿਕਾਰ ਯੋਗ ਚਿਹਰਿਆਂ ਦਾ ਖੁਸ਼ੇ ਤੁਹਾਡੇ ਧੰਨਵਾਦ ਹੈ ਬਾਲ ਪੜਲੀ ਕਹਿੰਦੇ ਫੇਰ ਮੁੰਡਾ ਕਹਿੰਦੇ ਧਿਆਨ ਵੱਲ ਧਿਆਨ ਵੀ ਸਫਾ ਵਧੀਆ ਮੈਂ ਉਸ ਸਮੇਂ ਇਧਰਲੇ ਪਾਸੇ ਕਹਿੰਦੇ ਬਾਲ ਕਰ ਲਈ ਫੇਰ ਖੋਖੇ ਵਾਲੀ ਧਰਤੀ ਦਾ ਮਿੰਦੀ ਤਿਆਰ ਵਰ ਤਿਆਰ ਹੈ ਪਰ ਆਪ ਸਾਹਮਣੇ ਕਹਿੰਦੇ ਕਾਕਾ ਮੁੰਡਾ ਰਾਮਪੁਰੇ ਮੰਡੀ ਵਾਲਾ ਪਰ ਕਦੇ ਸ਼ਿਵਪੁਰੀ ਦੇ ਕਾਕੇ ਦੇ ਚਰਚੇ ਕਦੇ ਅਬਦੁਲ ਰਹਿਮਾਨ ਰਸੂਲ ਭਈਆ ਕਾਕਾ ਮੇਰੇ ਵੀਰੋ ਦੁਨੀਆਂ ਦਾ ਮਹਾਨ ਖਿਡਾਰੀ ਬਣ ਗਿਆ ਜਿਹਨੇ ਨਾ ਵੀ ਗ੍ਰਾਮ ਪਿੰਡ ਦੇ ਬੰਦੇ ਹੋ ਉਹ ਕਦੇ ਖੋਖ ਟਰੈਕਟਰ ਦੇ ਫਿਰ ਕਰਦੇ ਕਿਹੜੇ ਕਦੇ ਕਿਰਾਏ ਵੱਡੇ ਮੇਰੇ ਵੀਰੋ ਐਨ ਫੁਲਟ ਫੁੱਟ ਫਿਰ ਜਿੱਤੇ ਹੋਏ ਖਿਡਾਰੀ ਨੇ ਤੇ ਗੱਲਾਂ ਕਟਾਣੀ ਲੱਗੀਆਂ ਬਦਲੇ ਪਾਸੇ ਰਾਮਪੁਰੇ ਮੰਡੀ ਵਾਲਾ ਕਮਾਲ ਕਰਦਾ ਹੋਇਆ ਮਾਜਰੀ ਦੀ ਟੀਮ ਆ ਕੇ ਪ੍ਰੂਫ ਚੈੱਕ ਕਰਾ ਲਵੇ ਫੇਰ ਤੇ ਜੀ ਜਦੋਂ ਮੈਚ ਸਮਾਪਤ ਹੋ ਗਿਆ ਫਿਰ ਜਿੰਨੇ ਪਲੇਅਰਾਂ ਦੇ ਪ੍ਰੂਫ ਚੈੱਕ ਹੋ ਗਏ ਜੀ ਇਹ ਨੋਟ ਕਰ ਲਓ ਜੋ ਪ੍ਰਬੰਧਕ ਨੇ ਸਾਨੂੰ ਬੋਲਿਆ ਸੀ ਤੁਹਾਨੂੰ ਬੋਲ ਦਿੱਤਾ ਕਿਉਂਕਿ ਰੰਧਾਵਿਆਂ ਦੀ ਟੀਮ ਨੇ ਇਤਰਾਜ਼ ਲਾਇਆ
ਰੰਧਾਵਿਆਂ ਦੀ ਟੀਮ ਕਹਿੰਦੇ ਗਰਾਇਆ ਲਾ ਕੇ ਤੋਂ ਚੱਲ ਕੇ ਆਈ ਹੈ, ਲਓ ਸਾਹਮਣੇ ਪਾਲ ਪੈਂਦੀ ਪ੍ਰਭ ਕਹਿੰਦੇ ਟਰਾਈ ਕਰਦਾ ਹੈ, ਆਹ ਮੁੰਡਾ ਕਹਿੰਦੇ ਮੁੰਡੇ ਦਾ ਪਿੰਡ ਵਸਿਆ ਹੋਇਆ ਹੈ ਮੇਰੇ ਵੀਰੋ, ਚਰਚੇ ਆਉਂਦੇ ਹੈ ਬਾਲ ਪਾਉਣ ਲਈ, ਕਹਿੰਦੇ ਗੱਭਰੂ ਫੇਰ ਕਹਿੰਦੇ ਤਿਆਰ ਵਰ ਤਿਆਰ ਹੈ ਮੇਰੇ ਵੀਰੋ, ਡੋਲਿਆਂ ਦੇ ਦਮ ਦੀ ਛਿੱਕੀ ਮਾਰ ਜਾਨ ਤਈਆਂ ਤੇ ਛੱਡੀ ਹੈ ਵਾਕੇ ਬਰੋ ਅਮਨ ਭਰਾ ਵਿਸ਼ੇਸ਼ ਤੌਰ ਤੇ ਵੱਡੇ ਪੱਧਰ ਦੇ ਧੰਨਵਾਦ ਹੈ। ਅਮਨਦੀਪ ਦੇ ਨਾਲ ਸਾਬੂ ਚਹਿਲ ਤੇ ਨਾਲ ਦੀਪੂ ਜੂਕੇ ਦੇ ਨਾਲ ਇੱਕੋ ਗੱਲ ਕਹਿ ਲੱਗੇ, ਜੇ ਆਪਾਂ ਮੇਲਾ ਕਰਾਇਆ ਆਪਾਂ ਇਨਕ ਤੋਂ ਬਾਅਦ ਨਾ ਬੋਲਿਆ ਕਰਾਂਗੇ, ਕਿਉਂਕਿ ਮੈਚ ਦੇ ਸਵਾਦ ਨੀ ਆ ਰਿਹਾ, ਲਾਈਫ ਦੀ ਮਿਹਨਤ ਵੀ ਇੱਥੇ ਨੀ ਆਈ ਹੋਏ ਹੋਏ ਆ, ਕਿਉਂਕਿ ਯੋਗਦਾਨ ਭੇਜਿਆ ਬਹੁਤ ਵੱਡਾ ਧੰਨਵਾਦ ਹੈ। ਆਪਾਂ ਨਾ ਵੀ ਬੋਲਾਂਗੇ, ਆਪਾਂ ਕਿਸੇ ਨੂੰ ਇਤਰਾਜ਼ ਨੀ ਕਰਦੇ, ਨਾ ਬੋਲਾਂਗੇ ਇਨਕ ਤੋਂ ਬਾਅਦ ਜਾਂ ਉਮਰ ਤੋਂ ਬਾਅਦ ਬੋਲਦੇ, ਇੱਕ ਵਾਰੀ ਇਕੱਠੇ ਨਾ ਮਿਲੋ ਜਿਹੜਾ ਬੜੇ ਧੰਨਵਾਦ ਹੋਵੇਗਾ, ਕਿਉਂਕਿ ਬਹੁਤ ਜਿਹੜੇ ਮਿੰਟ ਵੀ ਆਈ ਜਾਂਦੇ ਵੀ ਲਾਈਵ ਚੱਲ ਰਿਹਾ, ਮੈਚ ਬਾਰੇ ਕੁਝ ਨੀ ਦੱਸ ਰਿਹਾ, ਨਹੀਂ ਤੇ ਸਕੋਰ ਦੱਸ ਹੋ ਰਹੇ ਆ, ਨਾ ਤੇ ਦੱਸ ਹੋ ਰਿਹਾ ਪਲੇਅਰ ਬਾਰੇ, ਇਹ ਨੋਟ ਕਰਿਓ ਮੇਰਾ ਭਰਾ, ਇੱਕੋ ਬੇਨਤੀ ਹੈ, ਬਾਕੀ ਜਿੱਦਾਂ ਪ੍ਰਬੰਧ ਕਹਿਣਗੇ ਸਰ ਮੱਥੇ ਆਇਆ। ਬਾਕੀ ਚਰਚੇ ਕਹਿੰਦੇ ਪਾਸੇ ਦੇ ਵੀ ਸ਼ਿੰਦਾ ਆ ਗਿਆ ਬਾਲਕਰ ਲਿਖੇ ਮੈਦਾਨ ਅੰਦਰ, ਐਨ ਚਰਚੇ ਕਹਿੰਦੇ ਵੱਡੇ ਹੁੰਦੇ ਆ ਮੁੰਡੇ ਦੇ ਵੀ, ਉਧਰਲੇ ਪਾਸੇ ਕਹਿੰਦੇ ਵੇਖਾਂਗੇ, ਕਾਕਿਆ ਕਹਿੰਦੇ ਮੁੰਡਾ ਸੁਣੇ ਪੈਂਦੀਆਂ ਜਾਂ ਪਦਾਂ ਦਾ ਸਾਹਮਣਾ ਕਰ ਰਿਹਾ, ਪਰ ਬੱਲੇ 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 ਉਹ ਕਮਾਲ ਮੇਰੇ ਵੀਰੇ ਕੋਲ ਦਿੱਤੀ ਹੈ, ਉਧਰ ਅਮਨਵੀਰ ਦਾ ਧੰਨਵਾਦ ਹੈ। ਛੋਟੀ ਦੀਪ ਦੇ ਸਾਡੀ ਚਾਲ ਦੀਪੂ ਯੂਕੇ ਛੋਟੀ ਨੂੰ ਤਿਆਰ ਹੈ, ਛੋਟੀ ਗਰਮੀ ਬਹੁਤ ਹੈ, ਚਰਚੇ ਪਾਸੇ ਦੇ ਵੀ ਮਾਜਰੀ ਵਾਲੇ ਨੂੰ ਬੇਨਤੀ ਹੈ ਵੀਰੇ, ਰੂਫਾਂ ਦਾ ਰੌਲਾ ਕਲੀਅਰ ਕਰ ਲੈਣ, ਮੇਰੀ ਬੇਨਤੀ ਹੈ ਮਾਜਰੀ ਦੀ ਟੀਮ ਕਿਉਂ ਨਹੀਂ ਆ ਰਹੀ ਯਾਰ, ਲਾਸ਼ ਗੋਲ ਵੀ ਮਾਜਰੀ ਦੀ ਟੀਮ ਨੂੰ ਚੱਕੇ ਵੀ ਲਾ ਲੈ ਰੋਹਿਤ ਲਾ ਲੈ, ਇਸ ਤੋਂ ਬਾਅਦ ਪਾਰਟੀ ਲੱਗੂਗੀ, ਬਾਰ ਬਾਰ ਅਨਾਊਂਸ ਕਰ ਰਹੇ ਆ, ਆ ਹੀ ਗਿਆ ਆ ਵੀਡੀਓ ਬਣਾ ਦੇ ਜੀ, ਆ ਗਈ ਟੀਮ ਠੀਕ ਹੈ, ਜਲਦੀ ਜਲਦੀ ਪਾਰਟੀ ਲੱਗੂਗੀ, ਲਾਓ ਸਾਹਮਣੇ ਬੱਲੇ 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 ਬੱ
ਰਾਮਪੁਰੇ ਮੰਡੀ ਵਾਲਾ ਮੇਰੇ ਵੀਰੋ ਪੈਕਾ ਕਰਦਾ ਹੋਇਆ ਕੁਛ ਪਰ ਬਾਲ ਚੋਟੀ ਦੀ ਜਿਹੜੀ ਕਹਿੰਦੇ ਮੇਰੇ ਵੀਰੋ ਮੁੰਡੇ ਨੇ ਬਾਲ ਕਰਦੀ ਹੈ ਬਾਲ ਕਰ ਲਈ ਕਹਿੰਦੇ ਫੇਰ ਉਹ ਮੁੰਡਾ ਕਹਿੰਦੇ ਤਿਆਰ ਕਰ ਤਿਆਰ ਹੈ ਗੁਰੂਆਂ ਪੀਰਾਂ ਪਕੰਬਰਾਂ ਸਭ ਸੂਰਗਾਂ ਦੀ ਧਰਤੀ ਹੈ ਸੰਤਾਨਾਂ ਪੁਰਸ਼ਾਂ ਦੀ ਧਰਤੀ ਹੈ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਸ਼ੀੜੀਆਂ ਨਾਮਾਂ ਦੇ ਬੱਬਰ ਸ਼ੇਰ ਪੁੱਤ ਖੇਡਦੇ ਨਜ਼ਰ ਆਉਂਦੇ ਨਾ ਗਰਾਊਂਡਾਂ ਅੰਦਰ ਆਹ ਸਾਹਮਣੇ ਬਾਲ ਫੇਰ ਬੱਲੇ ਬੱਲੇ ਹੋ ਗਈ ਦੇਖਾਂਗੇ ਜਿਹੜੇ ਛੇਟੇ ਬਾਬੇ ਜਿਹੜੇ ਜੁੜ ਗਏ ਹੈ ਰਾਮਪੁਰ ਮੰਡੀ ਵਾਲੇ ਖੜਾ ਜਿਹੜੇ 110-11 ਵੀ ਬਣਨਗੇ ਗੱਲਾਂ ਕਰਕੇ ਟਕਾਣੇ ਰੱਖਣੀਆਂ ਤਕੜਾ ਹੋਣਾ ਪੈਣਾ ਗੱਲਾਂ ਤੇ ਫੇਰ ਜਾ ਕੇ ਟਿਕਾਣੇ ਲੱਗਣੀ ਹੈ ਬਾਕੀ ਗੱਲਾਂ ਤੇ ਫੇਰ ਹੀ ਜਾ ਕੇ ਟਿਕਾਣੇ ਲੱਗਣੀਆਂ ਸਵਾਲ ਵਧੀਆ ਆਇਆ ਮੀਨਾ ਚੋਟੀ ਦਾ ਲੈਵੀ ਨਗਰਾ ਕਰਦੇ ਗੱਲ ਹੋ ਜਾਣਾ ਨਾਰਮਲ ਖੇਲ ਨਾਰਮਲ ਬਸ ਆਊਗੀ ਮਾੜੀ ਬੋਲੀ ਆਊਗੀ ਤਕੜਾ ਹੋ ਗਿਆ ਮਿਲੇ ਤਾਂ ਮਰੀ ਨੇ ਤਾਂ ਨਾ ਮਰੀ ਹੈਕੀ ਬੜਾ ਧੰਨਵਾਦ ਕੋਈ ਗੱਲ ਨਹੀਂ ਸਾਹਮਣੇ ਬਾਲ ਜਿਹੜੀ ਫੇਰ ਆਹ ਪੈ ਗਈ ਕਹਿੰਦੇ ਖੇਡ ਮੈਦਾਨ ਅੰਦਰ ਪਰ ਵਾਈਡ ਬਾਲ ਦੇ ਇਸ਼ਾਰੇ ਹੈ ਖੇਡ ਗਰਾਊਂਡ ਅੰਦਰ ਮੁੰਡੇ ਨੇ ਕਹਿੰਦੇ ਕਰਦੇ ਮੈਚ ਚੋਟੀ ਦਾ ਆਇਓ ਰੰਧਾਵਿਆਂ ਨਾਲ ਆਜੋ ਯਾਰ ਇੱਕ ਜਣਾ ਹੀ ਆਇਓ ਜਿਹਨੇ ਪ੍ਰੂਫ ਚੈੱਕ ਕਰਨੇ ਆ ਇੱਕ ਜਣਾ ਹੀ ਆਇਓ ਕਾਕੇ ਹਾਂ ਬਾਜਰੀ ਦੀ ਟੀਮ ਆ ਗਈ ਹੈ ਮੈਂ ਕਿ ਰੰਧਾਵਾ ਵੀ ਸੀ ਆਇਓ ਪਹਿਲਾਂ ਪ੍ਰੂਫ ਚੈੱਕ ਕਰਾ ਦਿਓ ਫਿਰ ਟਾਸ ਕਰਾ ਦਿਓ ਇੱਧਰ ਪਿੱਛੇ ਆਇਓ ਭਰਾ ਫੜ ਕੇ ਭਾਜੀ ਪਿੱਛੇ ਆਇਓ ਇਧਰਲੇ ਪਾਸੇ ਤੁਸੀਂ ਵੀ ਜਿਹੜੇ ਕਿੰਨੇ ਚੱਲਦੇ ਮੈਚ ਉੱਪਰ ਬਣ ਚੁੱਕੇ ਧੰਨਵਾਦ ਭਰਾ ਸ਼ੇਰ ਤੋਰ ਦੇ ਪਜਾਏ ਪਰਮਾਤਮਾ ਮੇਹਰ ਹੱਥ ਰੱਖੇ ਸੱਟ ਲੱਗੀ ਹੈ ਭਰਾ ਦੇ ਦਸ ਵੀ ਆਏ ਨਾ ਵਿਗੜਨਾ ਕੀ ਕੋਈ ਦਿੱਕਤ ਵਾਲੀ ਗੱਲ ਨੀ ਹੈਗੀ ਹੱਥ ਦੇਖੀ ਚੱਲੀ ਕਪੂਰ ਕੰਮ ਸ਼ੁਰੂ ਨਾਗ ਦਾ ਟਿਕਾਣੇ ਲੱਗਣੀਆਂ ਦੇਖਾਂਗੇ ਛੱਡੀ ਕੇ ਕਦੇ ਦੇਖਾਂਗੇ ਫਿਕਰ ਜਿਹੜੀ ਮੁੜ ਗਈ ਹੈ ਰੋਹਿਤ ਦੱਤਾ ਜਲੰਧਰ ਵਾਲੇ ਦਾ ਧੰਨਵਾਦ ਹੈ ਨਾਲ ਕਰਨਵੀਰ ਕਹਿੰਦੇ ਨੰਗਲ ਘਰਾਂ ਲਿਖਾਂ ਦੀ ਧਰਤੀ ਹੈ ਇਹ ਭਰਾ ਕਹਿੰਦੇ ਜੰਪੈਰਿੰਗ ਕਰ ਰਹੇ ਹੈ
ਬਹੁਤ ਵਧੀਆ ਪੈਰਿੰਗ ਕੀਤੀ ਹੈ। ਲੱਖਾ ਕਿਹਨੇ ਭਰਾ ਕੁੜੀਆਂ ਭਰਾ ਉਹ ਭਰਾਵਾਂ ਕਿਹਨੇ ਵਿਸ਼ੇ ਤੌਰ ਤੇ ਧੰਨਵਾਦ ਹੈ। ਹਲਕੀ ਜੀ ਸੰਗਤ ਲੱਗੀ ਕੁਝ ਮਹੀਨਿਆਂ ਤੋਂ ਰੈਸਟ ਤੇ ਸੀ ਪਰ ਪਿਆਰ ਹੈ ਇੱਕ ਸੱਦੇ ਲਾਇਆ ਭਰਾਵਾਂ ਨੇ ਸਾਰੇ ਵੀਰ ਜਿਹੜੇ ਭਰਾਵਾਂ ਦੇ ਕਦੇ ਦੇਖਣਾ ਸੱਦੇ ਦੇ ਪੁੱਜੇ ਆ ਲੈ ਕੇ ਬੜਾ ਭਰਾਵਾਂ ਸਾਰੇ ਭਰਾਵਾਂ ਦਾ ਕਰ ਜਾਗੇ ਲੈ ਸਾਹਮਣੇ ਬਾਲ ਕਰਨੀ ਫੇਰ ਕਪੂਰ ਦਾ ਨਾਂ ਜੀ ਮੇਰੇ ਵੀਰੋ ਬਾਲ ਕਰਨੀ ਕਿਹਨੇ ਤਿਆਰ ਬਰ ਤਿਆਰ ਹੈ ਉਧਰਲੇ ਪਾਸੇ ਕਿਹਨੇ ਵੇਖਾਂਗੇ ਆ ਆ ਗਿਆ ਪਸੰਦੇ ਦਾ ਬਿਜਲੀ ਮੇਰੇ ਵੀਰੋ ਕੀੜ ਬਣਾ ਅੰਦਰ ਆ ਮੁੰਡੇ ਵੀ ਕਿਹਨੇ ਚਰਜੇ ਅਕਸਰ ਵੱਡੇ ਹੁੰਦੇ ਹੈ ਬਾਲ ਕਰਨੀ ਕਿਹਨੇ ਨਾਲ ਕਪੂਰ ਦੀ ਧਰਤੀ ਦਾ ਕਿਹਨੇ ਤਿਆਰ ਬਰ ਤਿਆਰ ਹੈ ਹਵੀ ਟੱਕਰ ਵੇਖਣ ਵਾਲੀ ਆ ਹਵੀ ਟੱਕਰ ਦੇ ਚੱਕਰ ਹੋਏ 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 ਬਿਜਲੀ ਦਾ ਵੀ ਆਉਂਦਾ ਹੀ ਕੰਮ ਸ਼ੁਰੂ ਬਿਜਲੀ ਦੇ ਨਾਗ ਬਿਜਲੀ ਦੇ ਨਾਗ ਕਰ ਦੋ ਸ਼ੇਰ ਵੀਰੇ ਬਿਜਲੀ ਦੇ ਨਾਗ ਦੀ ਟੱਕਰ ਗੱਲਾਂ ਦੇ ਟਿਕਾਣਿਆ ਫੋਟ ਉਹਨੇ ਵੀ ਜਿੱਤਿਆ ਤੇ ਫੋਟ ਇਹਨੇ ਵੀ ਜਿੱਤਿਆ ਗੱਲਾਂ ਟਿਕਾ ਰਿਹਾ ਜਿੱਤਣਾ ਪਵਾਰੀਆਂ ਦਾ ਕਹਿੰਦਾ ਹਾਸਾ ਵੀ ਹੈ ਗੱਲਾਂ ਟਿਕਾਣੇ ਲੋੜੀਆਂ ਆਓ ਸਾਹਮਣੇ ਕਪੂਰ ਥੋੜੇ ਬੜਾ ਬੜਾ ਟਾਊਨ ਨਹੀਂ ਕਰਦਾ ਹੈ ਟਿੰਡੇ ਵਾਲਾ ਉੱਪਰੋਂ ਹੋ ਕੇ ਮੁੜ ਕੇ ਗਿਆ ਉੱਪਰੋਂ ਹੋ ਕੇ ਮੁੜ ਕੇ ਗਿਆ ਇਹਦਾ ਹੱਲ ਲੱਭਣਾ ਪੈਣਾ ਹੱਲ ਲੱਭਣਾ ਪੈਣਾ ਉਹ ਨਾਮ ਕਹਿੰਦਾ ਵੀ ਇੱਕ ਅੱਧਾ ਲਾ ਗਈ ਬਿਜਲੀ ਧੁੱਕੇ ਦਾ ਵੱਜਦਾ ਹੁਣ ਛੱਕਾ ਮਾਰੇ ਨਾ ਤੈਨੂੰ ਫੇਰ ਬੰਦਾ ਸਫਲ ਹੋ ਗਿਆ ਜੇ ਆਹ ਬਾਤ ਤੇ ਛੱਕਾ ਵੀ ਆਵੇ ਆਹ ਬਾਤ ਤੇ ਲੈ ਗਈ ਬਿਜਲੀ ਰੱਖ ਮਾਣੋ ਨਾ ਜਾਂਦਾ ਇਹ ਬੱਲੇ ਬੱਲੇ ਹੋ ਬੱਲੇ ਬੱਲੇ ਪਰ ਕਪੂਰ ਥੋੜੇ ਦਾ ਕਹਿੰਦਾ ਤਿਆਰ ਵਰ ਤਿਆਰ ਹੈ ਖੇਡ ਮੈਦਾਨ ਅੰਦਰ ਫਿਰ ਗਿਆ ਮਿਕਸ ਵੱਲ ਵੀ ਹੈ ਚਰਚੇ ਆਉਂਦੇ ਬਠਿੰਡੇ ਵਾਲਾ ਬਠਿੰਡੇ ਵਾਲਾ ਪਰ ਕਪੂਰ ਥੋੜਾ ਕੀ ਹੋਇਆ ਇੱਕ ਜਵਾਜਾ ਇੱਕ ਜਵਾਜਾ ਸਵਾਦ ਤੇ ਚਰਚੇ ਹੁੰਦੇ ਆ ਗੱਲਾਂ ਤੇ ਟਿਕਾਣੇ ਲੱਗੇ ਪਈਆਂ ਆਹ ਸਾਹਮਣੇ ਵੇਖਦਾ ਫਲ ਪਰਲੀ ਫੇਰ ਮੁੰਡਾ ਕਹਿੰਦੇ ਪਿਆਰ ਵਾ ਪਿਆਰ ਹੈ ਧਰਤੀ ਅੱਜ ਕਹਿੰਦੇ ਕੱਲਰ ਸਾਹਿਬ ਦੀ ਧਰਤੀ ਕਹਿੰਦੇ ਸ਼ਹੀਦ ਬਾਬਾ ਨੇ ਹਾਰ ਸੁਣੀ ਧਰਤੀ ਗੁਰੂਆਂ ਦੀ ਧਰਤੀ ਹੈ ਜਿੱਥੇ ਸੰਗਤ ਦੂਰੋਂ ਧਰ ਕੇ ਆਉਂਦੀ ਹੈ ਘਾਟ ਤੇ ਕੱਲ ਵੀ ਦੱਸੀ ਹੈ ਆਹ ਦਮਨ ਸਿੱਧੂ ਨੇ ਘਾਟ ਤੇ ਕੱਲ ਵੀ ਦੱਸੀ ਹੈ ਚਾਚੇ ਦੇ ਕਹਿੰਦੇ ਹੁੰਦੇ ਆ ਵੱਡੇ ਆਹ ਸਾਹਮਣੇ ਮੁੰਡਾ ਕਹਿੰਦੇ ਮਾਸੀ ਆ ਗਏ ਆਹ ਸਾਹਮਣੇ ਕਿਹੜੇ ਮਰਾਂ ਅੰਦਰ ਮਹਿੰਦੀ ਲਾਉਣ ਨੂੰ ਫਿਰਦੇ ਹੱਥੇ ਆਹ ਬਾਲ ਫੇਰ ਨਤੀਜੇ ਤੇ ਦੱਸੀ ਨੇ ਵੱਡੇ ਵੱਡੇ ਧੰਨਵਾਦ ਹੈ
ਮਨੀ ਸੋਦੀ ਦਾ ਫਾਰਾ ਸਾਹਿਬ ਵੀ ਜਿਹੜੇ ਕਹਿੰਦੇ ਵਿਸ਼ੇ ਤੋਂ ਉਹਦੇ ਤੋਂ ਪੁੱਜੇ ਵੱਡੇ ਪੱਧਰ ਤੇ ਜਿਹੜਾ ਕਹਿੰਦੇ ਢਾਬਾ ਰਿਹਾ ਮੇਰੇ ਵੀਰੋ ਲੱਗਰ ਦੇ ਪਾਸੇ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਮੈਂ ਤੇ ਚੋਟੀ ਦਾ ਔਖੇ ਦੇ ਯਾਰ ਕਿੰਨੇ ਬਣ ਕੇ ਦੱਸੀਏ ਤਿੰਨ ਅਠਵੰਜਾ ਤਿੰਨ ਤੇ ਅਠਵੰਜਾ ਮੇਰੇ ਵੀਰੋ ਤਿੰਨ ਤੇ ਅਠਵੰਜਾ ਬਣ ਗਏ ਵੱਡੀ ਸੇਵਾ ਲਾਈ ਹੈ ਸ਼ਿਵ ਜਾਲ ਦਾ ਵਿਸ਼ੇ ਤੌਰ ਤੇ ਧਾਰਵਾ ਲੈ ਕੇ ਲਵੀ ਸ਼ਿਵ ਜਾਲ ਭਰਾ ਦਾ ਵਿਸ਼ੇ ਤੌਰ ਤੇ ਪ੍ਰਧਾਨ ਦਾ ਨਾਲ ਸਭੀ ਭਰਾ ਨਾਲ ਮਨੀ ਸੋਦੀ ਅਰਵ ਵਿਸ਼ੇ ਤੌਰ ਦੇ ਪਰ ਵੱਡਾ ਧਾਰਵਾ ਸਾਹਿਬ ਭਰਾ ਦਾ ਨਾਲ ਵਿਜੇ ਬਾਈ ਬੈਠਾ ਆਸਟ੍ਰੇਲੀਆ ਦੇ ਵਿੱਚ ਵੱਡੇ ਮਾਣ ਕਰਦਾ ਹੈ ਜਿਹਨਾਂ ਕਰਕੇ ਅੱਜ ਮੇਰੇ ਵੀਰੋ ਮੇਲਾ ਜਿਹੜਾ ਚੋਟੀ ਦਾ ਕਰਵਾਤਾ ਕੀਤਾ ਨਾਲ ਰੋਹੀ ਦਾ ਕਰਨ ਵਾਲਾ ਵਿਸ਼ੇ ਤੌਰ ਦੇ ਪਰ ਵੱਡਾ ਧਾਰਵਾ ਜਿਹੜਾ ਕਹਿੰਦੇ ਕਰ ਦਿਆਂਗੇ ਨਾਲ ਭਰਾਵਾਂ ਦਾ ਪਰ ਮੁੰਡਾ ਬਣਾਓ ਲਾਤ ਆ ਗਿਆ ਕਿਤੇ ਸਾਹਮਣੇ ਆ ਕੇ ਲਾਤ ਆ ਗਿਆ ਕਿਤੇ ਫਲ ਪੁਰ ਲਈ ਉਧਰ ਪ੍ਰਧਾਨ ਜਸਵਿੰਦਰ ਸਾਹਿਬ ਬਹੁਤ ਵੱਡਾ ਧਾਰਵਾ ਹੈ ਤੇ ਨਾਲ ਕਹਿੰਦੇ ਵਿਜੇ ਆਸਟ੍ਰੇਲੀਆ ਹੈ ਤੇ ਨਾਲ ਕੁਲਜੀਤ ਕੁੱਕੀ ਕਨੇਡਾ ਤੇ ਨਾਲ ਸਾਬਕਾ ਸਰਪੰਚ ਜੀ ਹੰਸਰਾਜ ਜੱਸੀ ਜੀ ਉਹਨਾਂ ਦਾ ਕਹਿੰਦੇ ਵਿਸ਼ੇ ਤੌਰ ਤੇ ਧਾਰਵਾ ਹੈ ਇਹ ਗੱਲ ਪੱਕੀ ਹੈ ਜਿੱਦਾਂ ਤੁਸੀਂ ਗੇੜੇ ਕਢਾਉਣੇ ਆ ਇੱਦਾਂ ਤੇ ਐਂਬੂਲੈਂਸ ਚ ਲੈ ਕੇ ਜਾਣਾ ਪੈਣਾ ਲਾਗੇ ਪਾਣੀ ਪੂਣ ਰੱਖੋ ਪਤਾ ਬਠਿੰਡੇ ਵਾਲਾ ਜਿੱਥੋਂ ਤੱਕ ਖੜਾ ਮੇਰੇ ਵੀਰ ਚਾਚੇ ਦੇ ਵੱਡੇ ਹੋਏ ਆ ਜਿੱਥੋਂ ਤੱਕ ਲੱਗੇ ਬਠਿੰਡੇ ਵਾਲਾ ਵੀ ਲਿਖਣਾ ਮੇਰੇ ਵੀਰ ਚਾਚੇ ਕਿਹੜੇ ਕਿਹੜੇ ਹੋਣੇ ਜ਼ਰੂਰ ਹੈ ਬਾਲ ਕਰਨ ਦੇ ਲਈ ਕਹਿੰਦੇ ਫੇਰ ਲਾਟ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਹਾਂ ਪ੍ਰੂਫ ਕਲੀਅਰ ਹੈ ਮਾਜਰੀ ਦੀ ਟੀਮ ਦੇ ਰੰਧਾਵੇ ਦੀ ਟੀਮ ਨੇ ਤਾਂ ਜਿੱਤੇ ਡਿਸੀਜਨ ਪੈਂਡਿੰਗ ਹੈ ਹੁਣ ਡਿਸੀਜਨ ਵੀ ਨਾਲ ਹੀ ਦੱਸੋ ਜੀ ਰੰਧਾਵੇ ਦੀ ਟੀਮ ਪਹਿਲਾਂ ਕੁੱਟ ਖਾ ਦੇਗੀ ਕਿ ਬਾਅਦ ਚ ਤਾਂ ਸਭ ਆਹ ਕੋਖੇ ਵਾਲੀ ਤੇ ਬਾਕੀ ਦੇ ਕੁੱਟ ਪਵਾਈ ਜਾਂਦਾ ਹੈ ਦੋ ਫਿਰ ਮਾਲ ਰੁੜ ਗਿਆ ਪਰ ਸਾਹਮਣੇ ਲਾਲ ਦੀਆਂ ਵਾਲਾ ਪੈ ਰਹੀਆਂ ਬਿਜਲੀ ਹੈ ਕਿਹੜੇ ਬਠਿੰਡੇ ਵਾਲਾ ਨਾ ਪਿੰਤ ਵਾਲ ਵੰਸ਼ ਭਰਾ ਦਾ ਭਾਰਤ ਭਰਾ ਦਾ ਲੈ ਵੀ ਨਾਲ ਵੰਸ਼ ਦਾ ਧੰਨਵਾਦ ਜਿਹੜੇ ਭਰਾ ਕਹਿੰਦੇ ਮੇਲੇ ਦੇ ਸ਼ਾਮਾਂ ਪੈਂਦੇ ਕਿਉਂਕਿ ਪ੍ਰਾਗ ਪੁਰੀ ਦੇ ਘਰ ਦੇ ਮੇਲੇ ਤੇ ਆਏ ਹੈ ਚਰਚੇ ਹੋਣੇ ਆ ਕੱਲਾ ਕਦੇ ਟਿਕਾ ਰਿਹਾ ਆਹ ਵੇਖਣਾ ਫਲ ਪੁਰ ਲਈ ਫੇਰ ਉਹਦਾ ਤਿਆਰ ਵਰ ਤਿਆਰ ਹੈ ਨਾਚ ਦੀਆਂ ਬੋਲਾਂ ਤੇ ਸਾਹਮਣੇ ਬਠਿੰਡੇ ਵਾਲਾ ਬਠਿੰਡੇ ਵਾਲਾ ਸ਼ੇਅਰ ਕਰ ਦੋ ਵੀਰੇ ਸ਼ੇਅਰ ਕਰ ਦੋ ਨਵੇਂ ਸ਼ਹਿਰ ਦੀ ਧਰਤੀ ਦਾ ਕੁੱਕੜਾਂ ਦੇ ਲੱਗੀ ਖੇਡ ਮੇਲੇ ਮੁੰਡੇ ਨੇ ਲੱਗੀ ਪੰਜ ਸੌ ਮੋਟਰਸਾਈਕਲ ਜਿੱਤ ਕੇ ਬੱਲੇ ਬੱਲੇ ਕਰਾਈ ਹੈ ਪਿਛਲੇ 10-15 ਦਿਨ ਪਹਿਲਾਂ ਕਹਿੰਦੇ ਜੈਨੋਆ ਦੇ ਵਿੱਚੋਂ ਫਰਿੱਜ ਲਿੱਤੀ ਹੈ ਤੇ ਨਾਮ ਦੇਖਣਾ ਖਾਣ ਭੈਣੀ ਵਾਲੇ ਲੱਗਦਾ ਜਿਹੜਾ ਗੱਡੂ ਤੁਰਿਆ ਜਦੋਂ ਜਦੋਂ ਇਹ ਨਾਮ ਆਉਂਦਾ
ਲਗਾਤਾਰ ਬਿਜਲੀ ਦੇ ਅਗਲਾ ਮੈਚ ਵੀ ਬਹੁਤ ਤਕੜਾ ਜੀ, ਸਾਰੇ ਜੁੜਿਓ। ਰੰਧਾਵਾ ਫਲੋਰ ਤੇ ਬਾਜਰੀ ਦਾ ਅਗਲਾ ਮੈਚ ਵੀ ਚੋਟੀ ਦਾ ਖੇਡਿਆ ਜਾਣਾ ਹੈ। ਖੇਡਿਆ ਵੀ ਉਹਨਾਂ ਜਾਣਾ ਖੇਡਿਆ ਵੀ ਕਿੰਨੇ ਛੁੱਟੀ ਲੱਗੇ ਬਹਾਨੇ ਵੀ ਛੁੱਟੀ ਲੱਗੇ ਬਾਈ ਰਹਿ ਗਏ ਬਾਈ 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 ਰਹਿ ਗਏ ਜੱਸੀ ਮੇਰੇ ਵੀਰੋ ਖੇਡਦੇ ਮੈਦਾਨ ਅੰਦਰ ਤਿਆਰ ਕਰ ਤਿਆਰ ਹੈ ਮੇਰੇ ਵੀਰੋ ਪੈਗੀ ਸਾਹਮਣੇ ਆ ਗਿਆ ਫੇਰ ਆ ਗਿਆ ਬਿਜਲੀ ਸਟ੍ਰਾਈਕ ਤੇ ਕਹਿੰਦੇ ਜੱਸੀ ਦੀ ਪੈ ਰਹੀ ਹੈ ਖਤਮ ਕਰਦੇ ਹੈ ਸਾਹਮਣੇ ਕਰੋ ਕਮੈਂਟ ਕਰਕੇ ਦੱਸੋ ਵੀਰੇ ਇਸ ਓਵਰ ਮੁਕੂ ਮੈਚ ਪਹਿਲਾ ਧੂੜੀ ਕੱਢੀ ਆਉਂਦਾ ਚਰਚੇ ਹੋਏ ਪਏ ਆ ਕਿਹੜੇ ਪਾਸੇ ਸਵਾਲ ਵਜਾਏ ਪਰ ਫੇਰ ਦੱਸੀ ਬਠਿੰਡੇ ਵਾਲਾ ਸਾਹਮਣੇ ਦੂਜਾ ਲੱਗ ਗਿਆ ਕਹਿੰਦੇ ਪੈਗੀ ਬਾਲ ਫੇਰ ਆਓ ਵੇਖ ਲਿਆ ਦੋ ਰਨ ਦੇ ਬੰਦੇ ਜੈਕ ਦੇ ਹੋਣਗੇ ਦੋਵਾਂ ਸਾਹਿਬ ਦੋ ਰਨ ਦੇ ਬੰਦੇ ਮੇਰੇ ਜੁੜ ਗਏ ਫਰਵਾਲੇ ਦੀ ਟੀਮ ਹੈ ਕਿੰਗ ਟੀਮ ਹੈ ਚਰਚੇ ਹੁੰਦੇ ਦਬਾਬੇ ਦੀ ਟਾਈ ਹੋ ਗਿਆ ਜੀ ਮੈਚ ਸਮਾਪਤ ਇੱਕ ਰਹਿੰਦਾ ਜੀ ਇੱਕ ਰਹਿੰਦਾ ਜੀ
ਭਾਜੀ ਸਹੀ ਆ ਭਾਜੀ ਉਹਨੂੰ ਨਾਲ ਰਿੱਕੀ ਸ਼ਾਮ ਦਾ ਸੀ ਭਾਸਲਾ ਨਾਲ ਮਾਲਕੀ।